ਸਤਿ ਸ਼੍ਰੀ ਅਕਾਲ ਸਟੂਡੈਂਟਸ, ਐਨਰਜੀ ਮੀਟਰ ਦਾ ਚੈਪਟਰ ਆਪਾਂ ਸਟੱਡੀ ਕਰ ਰਹੇ ਸੀ ਅਤੇ ਐਨਰਜੀ ਮੀਟਰ ਦੇ ਵਿੱਚ ਆਪਾਂ ਜਿਹੜਾ ਮੇਨ ਐਨਰਜੀ ਮੀਟਰ ਵਾਲਾ ਪੁਆਇੰਟ ਜਿਹੜਾ ਸੀਗਾ ਨਾ ਉਹਨੂੰ ਆਪਾਂ ਕਰ ਲਿਆ ਸੀ ਖਤਮ ਲਾਸਟ ਦੋ ਲੈਕਚਰਸ ਦੇ ਵਿੱਚ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਇੰਟਰੋਡਕਸ਼ਨ ਕੀਤੀ ਸੀਗੀ ਇੰਡਕਸ਼ਨ ਟਾਈਪ ਜਿਹੜਾ ਮੇਰਾ ਐਨਰਜੀ ਮੀਟਰ ਸੀਗਾ ਇਹਦੇ ਬਾਰੇ ਸਾਰਾ ਸਟੱਡੀ ਕੀਤਾ ਸੀ। ਦੈਨ ਉਸ ਤੋਂ ਬਾਅਦ ਵਾਲੇ ਲੈਕਚਰ 'ਚ ਆਪਾਂ ਐਰਰ ਆਫ ਸਿੰਗਲ ਫੇਸ ਐਨਰਜੀ ਮੀਟਰ ਅਤੇ ਉਹ ਐਰਰਸ ਨੂੰ ਕਿੱਦਾਂ ਆਪਾਂ ਖਤਮ ਕਰਨਾ, ਇਹ ਚੀਜ਼ਾਂ ਜਿਹੜੀਆਂ ਸੀ ਆਪਾਂ ਸਟੱਡੀ ਕੀਤੀਆਂ ਸੀ। ਚਾਰ ਪੰਜ ਤਰ੍ਹਾਂ ਦੇ ਟੋਟਲ ਐਰਰ ਹੁੰਦੇ, ਇਹਨਾਂ ਨੂੰ ਸਟੱਡੀ ਕੀਤਾ ਸੀ ਐਡਜਸਟਮੈਂਟ ਕੀਤ ਕਰਨੀ ਹੋ ਵੀ। ਅੱਜ ਆਪਾਂ ਜਿਹੜਾ ਸਟੱਡੀ ਕਰਨਾ ਟੋਪਿਕ ਉਹ ਹੈ ਮੈਕਸੀਮਮ ਡਿਮਾਂਡ ਇੰਡੀਕੇਟਰ। ਥੋੜ੍ਹਾ ਜਿਹਾ ਓਵਰਵਿਊ ਤੁਹਾਨੂੰ ਜਿਹੜਾ ਸੀਗਾ ਇਹ ਮੈਂ ਲਾਸਟ ਲੈਕਚਰ ਦੇ ਵਿੱਚ ਦੇ ਦਿੱਤਾ ਸੀ ਕਿ ਮੈਕਸੀਮਮ ਡਿਮਾਂਡ ਇੰਡੀਕੇਟਰ ਜਿਹੜਾ ਹੁੰਦਾ ਇਹਦੀ ਨੀਡ ਕੀ ਹੁੰਦੀ ਆ ਅਤੇ ਇਹ ਕੀ ਚੀਜ਼ ਹੁੰਦਾ, ਕਿਉਂ ਆਪਾਂ ਨੂੰ ਇਹਦੀ ਲੋੜ ਪਈ। ਸੋ ਤੁਹਾਨੂੰ ਪਤਾ ਕਿ ਜਿੱਦਾਂ ਲਿਖਿਆ ਵੀ ਹੋਇਆ ਕਿ ਜਿਹੜੇ ਵੀ ਇੰਡਸਟਰੀਅਲ ਕੰਜ਼ਿਊਮਰਸ ਹੁੰਦੇ ਆ ਨਾ ਉਹਨਾਂ ਦਾ ਜਿਹੜਾ ਟੈਰਿਫ ਅਪਲਾਈ ਹੁੰਦਾ ਉਹ ਹੁੰਦਾ ਟੂ ਪਾਰਟ ਟੈਰਿਫ। ਸੋ ਟੂ ਪਾਰਟ ਟੈਰਿਫ ਦੇ ਵਿੱਚ ਕੀ ਹੁੰਦਾ, ਜਿਹੜੇ ਚਾਰਜਸ ਹੁੰਦੇ ਉਹ ਦੋ ਹਿੱਸਿਆਂ 'ਚ ਡਿਵਾਈਡ ਹੁੰਦੇ, ਜਿੱਦਾਂ ਕਿ ਨਾਮ ਹੀ ਦੱਸ ਰਹੇ ਹਾਂ ਟੂ ਪਾਰਟ ਟੈਰਿਫ, ਦੋ ਹਿੱਸਿਆਂ 'ਚ ਆਪਾਂ ਟੈਰਿਫ ਨੂੰ ਡਿਵਾਈਡ ਕਰ ਦਿੰਦੇ ਹਾਂ। ਇੱਕ ਹਿੱਸਾ ਜਿਹੜਾ ਹੁੰਦਾ ਉਹ ਤਾਂ ਹੁੰਦਾ ਰਨਿੰਗ ਚਾਰਜਸ, ਵੀ ਕਿੰਨਾ ਜਿਹੜਾ ਲੋਡ ਚੱਲਿਆ, ਜਿੱਦਾਂ ਆਪਣੇ ਘਰਾਂ 'ਚ ਯੂਨਿਟ ਹੁੰਦੀਆਂ ਨਾ 10 ਯੂਨਿਟ ਚੱਲੀਆਂ, 20 ਚੱਲੀਆਂ ਜਾਂ 400 ਯੂਨਿਟ ਚੱਲੀਆਂ, ਉਦੋਂ ਉਹਨਾਂ ਦੀਆਂ ਯੂਨਿਟਸ ਜਿਹੜੀਆਂ ਚੱਲਦੀਆਂ ਉਹਨਾਂ ਆਪਾਂ ਕਹਿੰਦੇ ਵੀ ਰਨਿੰਗ ਚਾਰਜਸ ਆ। ਅਤੇ ਸੈਕਿੰਡ ਜਿਹੜੀ ਹੁੰਦੀ ਆ ਚੀਜ਼ ਉਹਦੇ ਵਿੱਚ ਉਹ ਹੁੰਦੀ ਆ ਮੈਕਸੀਮਮ ਡਿਮਾਂਡ, ਯਾਨੀ ਕਿ ਇੱਕ ਪਰਟੀਕੁਲਰ ਟਾਈਮ ਦੇ ਵਿੱਚ ਕਿੰਨੀ ਜਿਹੜੀ ਆ ਮੈਕਸੀਮਮ ਡਿਮਾਂਡ ਆਈ ਆ ਕੰਜ਼ਿਊਮਰ ਦੀ, ਯਾਨੀ ਕਿ ਉਹਨੇ ਕਿੰਨਾ ਮੈਕਸੀਮਮ ਲੋਡ ਜਿਹੜਾ ਆ ਇੱਕ ਟਾਈਮ 'ਤੇ ਚਲਾਇਆ ਆ। ਉਹ ਲੋਡ ਜਿਹੜਾ ਆ ਹੋ ਸਕਦਾ ਜਿੱਦਾਂ ਮੰਨ ਲਓ ਜਦੋਂ ਉਹਦੇ ਕੋਈ ਇੰਡਸਟਰੀ 'ਚ ਕੋਈ ਫਰਨੈਸ ਲੱਗੀ, ਜਦੋਂ ਫਰਨੈਸ ਨਹੀਂ ਚੱਲਦੀ ਉਹ ਨੋਰਮਲ ਲੋਡ ਆ, ਬਸ ਇੱਕ ਦਿਨ ਉਹਨੇ ਫਰਨੈਸ ਚਲਾ ਲਈ, ਇੱਕ ਦਿਨ ਫਰਨੈਸ ਚਲਾਉਣ ਨਾਲ ਕੀ ਆ ਉਹਦਾ ਜਿਹੜਾ ਲੋਡ ਹੋਇਆ ਉਹ 10 ਤੋਂ 15 ਕਿਲੋਵਾਟ ਸਿੱਧਾ ਸਿੱਧਾ ਹੀ ਵੱਧ ਜਾਣਾ। ਸੋ ਉਹ ਕੀ ਹੋਊਗਾ ਉਸ ਦਿਨ ਦੀ ਉਹਦੀ ਜਿਹੜੀ ਡਿਮਾਂਡ ਹੋਊਗੀ ਮੈਕਸੀਮਮ ਡਿਮਾਂਡ ਹੋਊਗੀ। ਸੋ ਉਹ ਜਿਹੜੀ ਰਨਿੰਗ ਚਾਰਜਸ ਆ ਉਹ ਤਾਂ ਆਪਾਂ ਐਨਰਜੀ ਮੀਟਰ ਨਾਲ ਮੇਅਰ ਕਰ ਰਹੇ, ਬਟ ਜਿਹੜੀ ਮੈਕਸੀਮਮ ਡਿਮਾਂਡ ਆ ਉਹ ਕਿੱਦਾਂ ਮੇਅਰ ਕਰਾਂਗੇ, ਉਹ ਮੇਅਰ ਕਰਨ ਵਾਸਤੇ ਆਪਾਂ ਕੀ ਆ ਇੱਕ ਅਲੱਗ ਤੋਂ ਮੀਟਰ ਲਗਾਉਂਦੇ ਸੀ ਜਿਹਨੂੰ ਆਪਾਂ ਕਹਿੰਦੇ ਸੀ ਮੈਕਸੀਮਮ ਡਿਮਾਂਡ ਇੰਡੀਕੇਟਰ। ਸੋ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਸੀ ਕਿ ਅੱਜ ਕੱਲ੍ਹ ਦੇ ਟਾਈਮ 'ਤੇ ਆਪਾਂ ਕੋਈ ਐਡੀਸ਼ਨਲ ਜਿਹੜਾ ਹੈ ਮੈਕਸੀਮਮ ਡਿਮਾਂਡ ਇੰਡੀਕੇਟਰ ਨਹੀਂ ਲਗਾਉਂਦੇ। ਇਹ ਜਿਹੜੇ ਇੰਡੀਕੇਟਰ ਹੁੰਦੇ ਸਿਰਫ ਉਦੋਂ ਹੀ ਹੁੰਦਾ ਲਗਾਉਂਦੇ ਸੀ ਜਦੋਂ ਆਪਾਂ ਜਿਹੜੇ ਆ ਇਹ ਗਰਾਰੀ ਵਾਲੇ ਮੀਟਰ ਜਿਹਨੂੰ ਕਹਿ ਦਿੰਦੇ ਜਾਂ ਮਕੈਨੀਕਲ ਮੀਟਰ ਜਿਹਨੂੰ ਕਹਿ ਦਿੰਦੇ ਇਹ ਆਪਾਂ ਯੂਜ਼ ਕਰਦੇ ਸੀਗੇ, ਉਦੋਂ ਆਪਾਂ ਜਿਹੜੇ ਸੀਗੇ ਇਹ ਯੂਜ਼ ਕਰਦੇ ਸੀ। ਹੁਣ ਤਾਂ ਬਹੁਤ ਐਡਵਾਂਸ ਹੋ ਚੁੱਕੀ ਹੈ ਟੈਕਨੋਲੋਜੀ, ਹੁਣ ਤਾਂ ਜਿਹੜੇ ਆਪਣੇ ਮੀਟਰ ਵੀ ਆਉਂਦੇ ਆ ਉਹ ਸਾਰੇ ਡਿਜੀਟਲ ਮੀਟਰ ਹੁੰਦੇ ਆ, ਉਹਨਾਂ ਦੇ ਵਿੱਚ ਸਾਰੇ ਇਲੈਕਟ੍ਰੋਨਿਕਸ ਕੰਪੋਨੈਂਟ ਹੁੰਦੇ ਆ ਜਿਨ੍ਹਾਂ ਦੇ ਨਾਲ ਕੀ ਆ ਆਪਾਂ ਇੱਕੋ ਮੀਟਰ ਦੇ ਵਿੱਚ ਮਲਟੀਪਲ ਕੰਮ ਉਹਨਾਂ ਤੋਂ ਲੈ ਲੈਂਦੇ ਹਾਂ। ਉਹ ਆਪਾਂ ਨੂੰ ਕੀ ਕੇ ਵੀ ਰੇਟਿੰਗ ਵੀ ਦਿਖਾ ਦਿੰਦੇ ਆ, ਕੇ ਡਬਲਿਊ ਮੈਕਸੀਮਮ ਡਿਮਾਂਡ ਵੀ ਦਿਖਾ ਦਿੰਦੇ, ਮੈਕਸੀਮਮ ਡਿਮਾਂਡ ਕੇ ਡਬਲਿਊ ਦੇ ਵਿੱਚ ਹੁੰਦੀ ਕਿਲੋ ਵਾਟ 'ਚ ਹਮੇਸ਼ਾ, ਅਤੇ ਆਪਾਂ ਨੂੰ ਯੂਨਿਟ ਕੰਜ਼ਿਊਮ ਕੇ ਡਬਲਿਊ ਐਚ ਵੀ ਦਿਖਾ ਦਿੰਦੇ ਆ। ਸੋ ਇਹ ਜਿਹੜੇ ਅੱਜ ਕੱਲ੍ਹ ਦੇ ਮੀਟਰ ਆ ਇਹਦੇ ਵਿੱਚ ਆਪਾਂ ਇਹ ਚੀਜ਼ਾਂ ਨਹੀਂ ਯੂਜ਼ ਕਰਦੇ, ਉਹਦੇ ਇਨਬਿਲਿਟੀ ਹੁੰਦੀਆਂ ਇਹ ਚੀਜ਼ਾਂ ਮੈਕਸੀਮਮ ਡਿਮਾਂਡ ਜਾਂ ਰਨਿੰਗ ਚਾਰਜਸ ਸਭ ਕੁਝ ਇਨਬਿਲਿਟੀ ਆਪਾਂ ਦੇਖ ਲੈਂਦੇ ਹਾਂ ਉਹਦੇ ਵਿੱਚ। ਬਾਕੀ ਇੰਡਸਟਰੀ ਦੇ ਵਿੱਚ ਸੀ ਟੀ ਪੀ ਟੀ ਮੀਟਰ ਲੱਗੇ ਹੁੰਦੇ ਆ ਉਹ ਵੀ ਸੇਮ ਹੀ ਵਰਕ ਕਰਦੇ ਆ। ਸੋ ਪਹਿਲਾਂ ਟਾਈਮ 'ਤੇ ਯੂਜ਼ ਕਰਦੇ ਹੁੰਦੇ ਸੀਗੇ। ਸੋ ਆਪਾਂ ਇਹਨਾਂ ਨੂੰ ਸਟੱਡੀ ਕਰਨਾ ਵੀ ਕੀ ਚੀਜ਼ ਹੁੰਦੀ, ਕਿਉਂਕਿ ਬੇਸਿਕ ਚੀਜ਼ਾਂ ਜਿਹੜੀਆਂ ਆਪਾਂ ਪੁਰਾਣੇ ਟਾਈਮ 'ਚ ਯੂਜ਼ ਕਰਦੇ ਸੀ ਬੇਸਿਕ ਚੀਜ਼ਾਂ ਸੀ, ਇਹਨਾਂ ਤੋਂ ਹੀ ਅੱਗੇ ਜਾ ਕੇ ਜਿਹੜਾ ਆਪਾਂ ਐਡਵਾਂਸ ਕੀਤਾ ਇਹਨਾਂ ਨੂੰ ਡਿਵੈਲਪ ਕੀਤਾ ਚੀਜ਼ਾਂ ਨੂੰ ਆਪਾਂ ਜਿਹੜੇ ਹੁਣ ਕੰਪੋਨੈਂਟ ਆਇਆ। ਸੋ ਤੁਹਾਨੂੰ ਬੇਸਿਕ ਪਤਾ ਹੋਣੇ ਚਾਹੀਦੇ। ਸੋ ਇੰਡੀਕੇਟਰ ਆਪਣੇ ਜਿਹੜੇ ਹੈਗੇ ਆ ਦੋ ਤਰ੍ਹਾਂ ਦੇ ਹੁੰਦੇ ਸੀ, ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਅਤੇ ਮਰਜ਼ ਪ੍ਰਾਈਜ਼ ਡਿਮਾਂਡ ਇੰਡੀਕੇਟਰ। ਸਭ ਤੋਂ ਪਹਿਲਾਂ ਆਪਾਂ ਜਿਹੜਾ ਡਿਸਕਸ ਕਰਨਾ ਹੋਇਆ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ। ਸੋ ਡਾਇਗ੍ਰਾਮ ਤੁਸੀਂ ਰਾਈਟ ਹੈਂਡ ਸਾਈਡ 'ਤੇ ਦੇਖ ਰਹੇ ਹੋ, ਇਹ ਡਾਇਗ੍ਰਾਮ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਦਾ ਆ। ਬਹੁਤ ਸਿੰਪਲ ਇਹਦਾ ਪ੍ਰਿੰਸੀਪਲ ਹੁੰਦਾ ਆ। ਸੋ ਇਹਦੇ ਵਿੱਚ ਆਹ ਦੇਖੋ ਤੁਸੀਂ ਦੋ ਹੀਟਿੰਗ ਸਟ੍ਰਿਪਸ ਲੱਗੀਆਂ ਹੋਈਆਂ ਨੇ, ਬੱਲਬ ਏ ਆ, ਆਹ ਬੱਲਬ ਏ ਆ, ਠੀਕ ਆ, ਦੈਨ ਇਹ ਜਿਹੜਾ ਰਾਈਟ ਸਾਈਡ 'ਤੇ ਇਹ ਬੱਲਬ ਬੀ ਆ। ਸੋ ਇੱਥੇ ਕੀ ਆ, ਜਿਹੜਾ ਬੱਲਬ ਏ ਆ ਇਹਦੇ ਵਿੱਚ ਦੋ ਜਿਹੜੀਆਂ ਹੀਟਰ ਸਟ੍ਰਿਪਸ ਲੱਗੀਆਂ ਹੁੰਦੀਆਂ ਜਿਹੜੀਆਂ ਕਿ ਅੱਗੇ ਸਪਲਾਈ ਨਾਲ ਕਨੈਕਟਡ ਹੁੰਦੀਆਂ। ਸੋ ਹੀਟਰ ਸਟ੍ਰਿਪਸ ਜਿਹੜੀਆਂ ਹੁੰਦੀਆਂ ਤੁਹਾਡਾ ਜਿਹੜਾ ਨੋਰਮਲ ਹੀਟਰ ਹੁੰਦਾ ਉਹੀ ਹੁੰਦੀਆਂ ਇਹ, ਠੀਕ ਆ, ਇਹਨਾਂ ਨੇ ਹੀਟ ਹੋਣਾ ਹੁੰਦਾ। ਸੋ ਜਦੋਂ ਵੀ ਇਹ ਹੀਟ ਹੁੰਦੀਆਂ ਤਾਂ ਗੈਸ ਜਿਹੜੀ ਹੁੰਦੀ ਹੈ ਇਹਦੇ ਸਰਾਊਂਡਿੰਗ ਏਰੀਆ 'ਚੋਂ ਐਕਸਪੈਂਡ ਹੁੰਦੀ। ਤਾਂ ਓਬਵੀਅਸਲੀ ਗੱਲ ਆ, ਜਦੋਂ ਵੀ ਆਪਾਂ ਹੀਟ ਕਰਦੇ ਹਾਂ ਜਾਂ ਹੀਟ ਹੁੰਦੀ ਹੈ, ਤੁਸੀਂ ਕਦੇ ਵੀ ਹੀਟਰ ਲਗਾਇਆ ਹੋਊਗਾ, ਚਾਹੇ ਉਹ ਜਿਹੜਾ ਆਪਣਾ ਨੋਰਮਲ ਕੋਇਲ ਵਾਲਾ ਹੀਟਰ ਯੂਜ਼ ਕਰਦੇ ਹਾਂ ਜਾਂ ਦੂਸਰਾ ਹੀਟਰ ਤੁਸੀਂ ਯੂਜ਼ ਕਰਦੇ ਹਾਂ, ਤਾਂ ਤੁਸੀਂ ਕਦੇ ਵੀ ਦੇਖਿਓ ਤੁਹਾਨੂੰ ਹਲਕੀ ਹਲਕੀ ਜਿਹੀ ਨਾ ਹਵਾ ਫੀਲ ਹੋਊਗੀ ਜਦੋਂ ਤੁਸੀਂ ਉਹਦੇ ਸਾਹਮਣੇ ਖੜ੍ਹੇ ਹੋਵੋਗੇ ਜਾਂ ਉੱਪਰੋਂ ਕੀ ਹੁੰਦਾ ਐਕਚੁਅਲ 'ਚੋਂ ਜਿਹੜੀ ਤੁਸੀਂ ਹਵਾ ਫੀਲ ਕਰਦੇ ਹੋ ਨਾ ਉਹ ਜਿਹੜੀ ਸਰਾਊਂਡਿੰਗ ਏਅਰ ਹੁੰਦੀ ਆ ਉਹ ਹੀਟ ਹੋ ਕੇ ਫੈਲਦੀ ਆ, ਐਕਸਪੈਂਡ ਹੁੰਦੀ। ਸੋ ਉਹੀ ਫਿਨੋਮੀਨਾ ਜਿਹੜਾ ਹੁੰਦਾ ਨਾ ਆਪਾਂ ਇਸ ਜਿਹੜਾ ਮੈਕਸੀਮਮ ਡਿਮਾਂਡ ਇੰਡੀਕੇਟਰ ਆ ਉਹ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਇਹਦੇ ਵਿੱਚ ਆਪਾਂ ਯੂਜ਼ ਕੀਤਾ। ਸੋ ਪੜ੍ਹਦੇ ਹਾਂ ਇਹਦੇ ਬਾਰੇ ਆਪਾਂ। ਇਹ ਇੱਟ ਦੀ ਜਗ੍ਹਾ ਕਰੰਟ ਕਰ ਲਿਓ, ਕਰੰਟ ਫਲੋਸ ਥਰੂ। ਸੋ ਜਦੋਂ ਵੀ ਕਰੰਟ ਫਲੋ ਕਰਦਾ ਮੈਟੈਲਿਕ ਸਟ੍ਰਿਪ ਦੇ ਵਿੱਚੋਂ ਜਾਂ ਹੀਟਿੰਗ ਐਲੀਮੈਂਟ ਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੀਟ ਪ੍ਰੋਡਿਊਸ ਹੁੰਦੀ ਹੈ ਜਿਹਦੇ ਕਰਕੇ ਕੀ ਹੁੰਦਾ ਸਰਾਊਂਡਿੰਗ ਏਅਰ ਜਿਹੜੀ ਆ ਉਹ ਐਕਸਪੈਂਡ ਹੋ ਜਾਂਦੀ ਆ। ਸੋ ਬਾਏ ਦਾ ਐਕਸਪੈਂਸ਼ਨ ਆਫ ਏਅਰ ਪ੍ਰੈਸ਼ਰ ਇਜ਼ ਐਗਜ਼ਰਟਡ ਔਨ ਲਿਕੁਇਡ।
ਤਾਂ ਜਿਹੜਾ ਆਹ ਵਾਲਾ ਸਲਫਿਊਰਿਕ ਐਸਿਡ ਹੈ ਇਹਨੇ ਕੀ ਹੋਣਾ, ਆਪਣੀ ਪੋਜੀਸ਼ਨ ਤੋਂ ਹਿੱਲਣਾ, ਇਹਨੇ ਇੱਧਰਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰਨੀ ਆ, ਯਾਨੀ ਕਿ ਇੱਧਰਲੀ ਜਿਹੜਾ ਬਲਬ ਏਅਰ ਬਲਬ ਬੀ ਹੈ ਇਹਦੇ ਵਿੱਚ ਲੀਕੁਇਡ ਦੀ ਜਿਹੜੀ ਹੈਗੀ ਕੁਆਂਟਿਟੀ ਉਹ ਇਨਕਰੀਜ਼ ਹੋ ਜਾਣੀ, ਇੱਧਰੋਂ ਡਿਕਰੀਜ਼ ਹੋ ਜਾਣੀ, ਯਾਨੀ ਕਿ ਇੱਧਰੋਂ ਲੀਕੁਇਡ ਜਿਹੜਾ ਇੱਧਰਲੇ ਪਾਸੇ ਨੂੰ ਫਲੋ ਕਰਨਾ, ਕਿਉਂਕਿ ਇੱਧਰ ਹਵਾ ਨੇ ਜਗ੍ਹਾ ਲੈ ਲੈਣੀ ਹੈ। ਸੋ ਬਾਈ ਐਕਸਪੈਂਸ਼ਨ ਆਫ ਏਅਰ ਪ੍ਰੈਸ਼ਰ ਐਗਜ਼ਰਟਡ ਔਨ ਲੀਕੁਇਡ ਸਲਫਿਊਰਿਕ ਐਸਿਡ ਵਿੱਚ ਸਪਿਲ ਓਵਰ ਐਂਡ ਐਂਟਰਸ ਦਾ ਇੰਡੈਕਸ ਟਿਊਬ, ਆਹ ਇੰਡੈਕਸ ਟਿਊਬ ਆ, ਇੱਥੇ ਕੀ ਆ ਇੱਥੋਂ ਕੀ ਆ ਜਿਹੜਾ ਆਪਣਾ ਹੈਗਾ ਸਲਫਿਊਰਿਕ ਐਸਿਡ ਜਾਂ ਲੀਕੁਇਡ ਆ ਇੱਧਰਲੇ ਪਾਸੇ ਨੂੰ ਚਲਿਆ ਜਾਂਦਾ। ਦ ਲੈਵਲ ਆਫ ਲੀਕੁਇਡ ਇਨ ਦਾ ਇੰਡੈਕਸ ਟਿਊਬ ਇੰਡੀਕੇਟ ਦਾ ਮੈਗਨੀਟਿਊਡ ਆਫ ਕਰੰਟ ਔਰ ਪਾਵਰ ਡਰਾਉਨ ਬਾਏ ਕੰਜ਼ਿਊਮਰ। ਸੋ ਇਹਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਕਿ ਜਿਹੜਾ ਮੇਰੇ ਮੈਕਸੀਮਮ ਡਿਮਾਂਡ ਆ ਕੰਜ਼ਿਊਮਰ ਦੀ ਉਹ ਕਿੰਨੀ ਆ ਇੱਥੇ ਸਕੇਲ ਦੇ ਉੱਪਰ। ਸੋ ਇਹ ਜਿਹੜਾ ਹੁੰਦਾ ਬਹੁਤਾ ਜ਼ਿਆਦਾ ਐਕੂਰੇਟ ਨਹੀਂ ਸੀਗਾ ਜਿਹੜਾ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਸੀਗਾ, ਕਿਉਂਕਿ ਜਿਹੜੀਆਂ ਟੈਂਪਰੇਚਰ ਦੀਆਂ ਜਿਹੜੀਆਂ ਜਾਂ ਹੋਰ ਆਪਣੇ ਕੋਲ ਕਾਫੀ ਵਿੱਚ ਪੈਰਾਮੀਟਰ ਆ ਜਾਂਦੇ, ਜਿਹਦੇ ਕਰਕੇ ਇਹਦੇ ਐਰਰ ਦਾ ਖਤਰਾ ਜਿਹੜਾ ਹੁੰਦਾ ਸੀ ਨਾ ਬਹੁਤ ਜ਼ਿਆਦਾ ਹੁੰਦਾ ਸੀ, ਇਹਦੇ ਵਿੱਚ ਐਰਰ ਆਉਣ ਦਾ ਬੜੇ ਚਾਂਸਿਸ ਹੁੰਦੇ ਸੀਗੇ। ਸੋ ਕੰਸਟਰਕਸ਼ਨ ਦੇ ਵਿੱਚ ਜੇ ਆਪਾਂ ਦੇਖੀਏ, ਇਟ ਕੰਸਿਸਟ ਆਫ ਅ ਯੂ ਸ਼ੇਪਡ ਟਿਊਬ ਹੈਵਿੰਗ ਟੂ ਬਲਬ ਸੇਮ ਕਪੈਸਿਟੀ ਐਟ ਅਪਰ ਐਂਡ ਐਸ ਸ਼ੋਨ ਇਨ ਡਾਇਗਰਾਮ। ਸੋ ਇਹਦੇ ਵਿੱਚ ਕੀ ਆ, ਦੋ ਜਿਹੜੇ ਆਪਣੇ ਕੋਲ ਇੱਕ ਯੂ ਸ਼ੇਪਡ ਗਲਾਸ ਆ, ਦੇਖੋ ਯੂ ਸ਼ੇਪਡ ਗਲਾਸ ਆ, ਜਿਨ੍ਹਾਂ ਦੇ ਦੋਨੋਂ ਐਂਡਸ ਦੇ ਉੱਪਰ ਆਪਣੇ ਕੋਲ ਕੀ ਆ ਏਅਰ ਬਬਲ ਆ, ਇੱਕ ਏਅਰ ਬਬਲ ਏ ਨਾਮ ਦਿੱਤਾ, ਦੂਸਰੇ ਨੂੰ ਬੀ ਦਿੱਤਾ। ਸੋ ਬੋਥ ਦਾ ਬਲਬਸ ਆਰ ਬੀਂਗ ਸੀਲਡ ਐਟ ਦਾ ਟੋਪ, ਦੋਨੋਂ ਕੀ ਹੁੰਦੇ ਆ ਸੀਲਡ ਹੁੰਦੇ ਆ ਟੋਟਲੀ ਟੋਪ ਤੋਂ। ਦ ਗਲਾਸ ਬਲਬ ਕੰਟੇਨਸ ਅ ਮੈਟਲ ਸਟ੍ਰਿਪ ਵਿੱਚ ਐਕਟ ਐਜ਼ ਹੀਟਰ। ਸੋ ਇਹਦੇ ਵਿੱਚ ਆ ਦੇਖੋ ਇਹ ਸਟ੍ਰਿਪ ਆ, ਇਹ ਕੀ ਕਰਦੀ ਹੀਟਰ ਦੀ ਤਰ੍ਹਾਂ ਐਕਟ ਕਰਦੀ ਆ, ਅਤੇ ਜਿਹੜੀ ਕੀ ਹੁੰਦੀ ਆ ਸੀਰੀਜ਼ ਦੇ ਵਿੱਚ ਕਨੈਕਟ ਹੁੰਦੀ। ਸੋ ਮੈਟਲ ਸਟ੍ਰਿਪ ਇਜ਼ ਕਨੈਕਟਡ ਇਨ ਸੀਰੀਜ਼। ਸੋ ਬਲਬ ਬੀ ਦੇ ਅੱਗੇ ਕੀ ਹੁੰਦਾ, ਨੈਰੋ ਇੰਡੈਕਸ ਟਿਊਬ ਅਟੈਚ ਹੁੰਦੀ ਆ, ਆਹ ਦੇਖੋ ਆਹ ਜਿਹੜਾ ਤੁਹਾਡਾ ਹੈਗਾ ਬਲਬ ਇਹਦੇ ਵਿੱਚ ਕੀ ਆ, ਆਹ ਦੇਖੋ ਇੱਕ ਇੰਡੈਕਸ ਟਿਊਬ ਅਟੈਚ ਆ, ਇੱਥੋਂ ਲੀਕੁਇਡ ਕੀ ਹੋਣਾ, ਲੀਕੁਇਡ ਇੱਥੇ ਆ ਜਾਣਾ ਫਲੋ ਹੋ ਕੇ। ਸੋ ਜਿੰਨਾ ਇੱਥੇ ਲੀਕੁਇਡ ਜਿਹੜਾ ਆ ਭਰਿਆ ਆ, ਉੱਥੋਂ ਆਪਾਂ ਨੂੰ ਕੀ ਆ ਪਤਾ ਲੱਗ ਜਾਣਾ ਕਿ ਕਿੰਨੀ ਜਿਹੜੀ ਆ ਮੇਰੇ ਮੈਕਸੀਮਮ ਡਿਮਾਂਡ ਆ ਉਸ ਪਰਟੀਕੁਲਰ ਟਾਈਮ ਪੀਰੀਅਡ ਦੀ। ਨੈਕਸਟ ਆਪਣੇ ਕੋਲ ਕੀ ਆ ਇਹਦੇ ਵਿੱਚ, ਸੋ ਦ ਮਟੈਲਿਕ ਸਟ੍ਰਿਪ ਇਜ਼ ਕਨੈਕਟਡ ਇਨ ਸੀਰੀਜ਼ ਜਸਟ ਬਿਲੋ ਦਾ ਬਲਬ ਬੀ ਅ ਨੈਰੋ ਇੰਡੈਕਸ ਟਿਊਬ ਐਡਜਸਟੈਂਟ ਟੂ ਇੰਡੈਕਸ ਟਿਊਬ ਅ ਸਕੇਲ ਇਜ਼ ਫਿਟਡ। ਸੋ ਇੰਡੈਕਸ ਟਿਊਬ ਦੇ ਨਾਲ ਹੀ ਕੀ ਆ ਮੇਰੇ ਕੋਲ, ਆ ਇੰਡੈਕਸ ਟਿਊਬ ਆ ਦੇਖੋ, ਇਹਦੇ ਨਾਲ ਹੀ ਕੀ ਆ ਮੇਰੇ ਕੋਲ ਸਕੇਲ ਆ। ਦ ਟਿਊਬ ਕੰਟੇਨਸ ਅ ਲਿਕੁਇਡ ਵਿਦ ਸਮਾਲ ਕੋਫੀਸ਼ੀਐਂਟ ਆਫ ਐਕਸਪੈਂਸ਼ਨ। ਸੋ ਸਲਫਿਊਰਿਕ ਐਸਿਡ ਇਸ ਕਰਕੇ ਯੂਜ਼ ਕਰਦੇ ਕਿਉਂਕਿ ਇਹਦਾ ਕੀ ਹੁੰਦਾ ਸਮਾਲ ਕੋਫੀਸ਼ੀਐਂਟ ਆਫ ਐਕਸਪੈਂਸ਼ਨ ਹੁੰਦਾ। ਸੋ ਇਹ ਕੀ ਆ, ਇਹ ਸਲਫਿਊਰਿਕ ਐਸਿਡ ਹੀ ਇੱਕ ਤਰ੍ਹਾਂ ਇੰਡੀਕੇਟਰ ਦਾ ਕੰਮ ਕਰਦਾ। ਦ ਕੰਸਟਰਕਸ਼ਨ ਐਂਡ ਟਰੈਪਸ ਇਨ ਦ ਲਿਮਸ ਟਿਊਬਸ ਆਰ ਪ੍ਰੋਵਾਈਡਡ ਟੂ ਪ੍ਰੀਵੈਂਟ ਦ ਪੈਸੇਜ ਆਫ ਏਅਰ ਫਰੋਮ ਵਨ ਬਲਬ ਟੂ ਅਦਰ ਬਲਬ। ਸੋ ਆਹ ਜਿਹੜੀ ਟਰੈਪਸ ਲਾਈਆਂ ਹੋਈਆਂ ਨਾ, ਆਹ ਦੇਖੋ ਇੱਥੇ ਟਰੈਪ ਲੱਗੀ, ਇਸ ਕਰਕੇ ਲੱਗਾ ਤਾਂ ਕਿ ਕੋਈ ਵੀ ਜਿਹੜਾ ਏਅਰ ਬਬਲ ਆ ਉਹ ਜਿਹੜਾ ਆ ਇੱਥੋਂ ਅੱਗੇ ਜਿਹੜਾ ਆ ਯੂ ਸ਼ੇਪਡ ਜਿਹੜੀ ਹੈ ਗਲਾਸ ਆ ਇੱਥੋਂ ਹੋ ਕੇ ਅੱਗੇ ਨਾ ਜਾ ਸਕੇ। ਇਸ ਕਰਕੇ ਆਪਾਂ ਕੀ ਆ ਕੰਸਟ੍ਰਕਸ਼ਨਸ ਅਤੇ ਟਰੈਪਸ ਇਸ ਕਰਕੇ ਲਗਾਏ ਹੁੰਦੇ ਆ ਤਾਂ ਕਿ ਇੱਧਰਲੀ ਸਾਈਡ ਤੋਂ ਕੋਈ ਜਿਹੜਾ ਏਅਰ ਬਬਲ ਇੱਧਰ ਨਾ ਜਾਵੇ ਅਤੇ ਇੱਧਰਲੀ ਸਾਈਡ ਤੋਂ ਏਅਰ ਬਬਲ ਇੱਧਰ ਨਾ ਜਾਵੇ, ਕਿਉਂਕਿ ਉਹਦੇ ਨਾਲ ਕੀ ਹੋਣਾ ਜਿਹੜਾ ਮੇਰਾ ਲੈਵਲ ਆ ਲੀਕੁਇਡ ਦਾ ਉੱਤੇ ਇਫੈਕਟ ਪੈਣਾ, ਤਾਂ ਜੇ ਲੀਕੁਇਡ ਦੇ ਲੈਵਲ 'ਤੇ ਇਫੈਕਟ ਪੈ ਗਿਆ ਤਾਂ ਉਹਦੇ ਨਾਲ ਕੀ ਆ ਇੱਧਰ ਲੀਕੁਇਡ ਘੱਟ ਜਾਊਗਾ ਅਤੇ ਮੇਰੀ ਜਿਹੜੀ ਰੀਡਿੰਗ ਆ ਉਹ ਖਰਾਬ ਹੋ ਜਾਊਗੀ। ਸੋ ਇਹਦੀ ਡਿਸਐਡਵਾਂਟੇਜ ਵੀ ਇੱਕ ਇਹ ਹੈਗੀ ਆ ਕਿ ਲੀਕੁਇਡ ਜਿਹੜਾ ਹੈ ਨਾ ਉੱਪਰ ਥੱਲੇ ਹੋਣ ਕਰਕੇ ਕੀ ਆ ਇਹਦੀ ਜਿਹੜੀ ਐਕੂਰੇਟ ਰੀਡਿੰਗ ਨਹੀਂ ਆਪਣੇ ਕੋਲ ਲੈ ਸਕਦੇ ਆਪਾਂ। ਸੋ ਵੈਨ ਇੰਡੀਕੇਟਰ ਇਜ਼ ਸੈੱਟ ਇਨੀਸ਼ੀਅਲੀ ਦ ਰਾਈਟ ਹੈਂਡ ਲਿੰਬ ਆਫ ਦ ਟਿਊਬ ਇਜ਼ ਫਿਟਡ ਵਿਦ ਸਲਫਿਊਰਿਕ ਐਸਿਡ ਅਪ ਟੂ ਦ ਲੈਵਲ ਆਫ ਬ੍ਰਾਂਚ ਟਿਊਬ। ਸੋ ਜਦੋਂ ਇਹਨੂੰ ਫਿੱਟ ਕਰਦੇ ਆ ਤਾਂ ਉਹਦਾ ਜਿਹੜਾ ਆਪਣਾ ਲੈਵਲ ਹੁੰਦਾ ਇਹਨੂੰ ਉੱਪਰ ਤੱਕ ਰੱਖਦੇ ਆ, ਜਿਹੜਾ ਆਪਣਾ ਬਲਬ ਏ ਆ ਉੱਧਰਲੀ ਸਾਈਡ ਤੱਕ ਅਪ ਤੱਕ ਰੱਖਦੇ ਹਾਂ, ਜਿਹੜਾ ਦੂਸਰਾ ਸਕੇਲ ਹੁੰਦਾ ਇੱਥੇ ਆਪਾਂ ਡਾਊਨ ਡਾਊਨ ਰੱਖਾਂਗੇ ਜਿਹੜਾ ਇਹਦਾ ਲੈਵਲ ਹੋਊਗਾ ਸਲਫਿਊਰਿਕ ਐਸਿਡ ਦਾ। ਬਾਕੀ ਜਿਹੜਾ ਆਪਣਾ ਬਲਬ ਏ ਆ ਤਾਂ ਬਲਬ ਬੀ ਆ ਇਹਨਾਂ ਦੋਨਾਂ ਦੇ ਵਿੱਚ ਕੀ ਆ ਉੱਪਰ ਏਅਰ ਵੀ ਆਪਾਂ ਛੱਡੀ ਹੁੰਦੀ ਹੈ, ਕਿਉਂਕਿ ਜਿਹੜੀ ਏਅਰ ਐਕਸਪੈਂਡ ਹੋਣੀ ਆ ਓਬਵੀਅਸਲੀ ਉਹਦੇ ਵਾਸਤੇ ਵੀ ਆਪਾਂ ਨੂੰ ਜਗ੍ਹਾ ਜਿਹੜੀ ਆ ਥੋੜ੍ਹੀ ਛੱਡਣੀ ਪੈਣੀ। ਅਦਰਵਾਈਜ਼ ਕੀ ਆ ਇਹ ਜਿਹੜਾ ਗਲਾਸ ਦਾ ਆਪਣਾ ਬਣਿਆ ਹੁੰਦਾ ਜਿਹੜਾ ਜਿੰਨਾ ਵੀ ਆਪਣਾ ਸਟਰਕਚਰ ਹੁੰਦਾ ਇਹ ਗਲਾਸ ਦਾ ਬਣਿਆ ਹੁੰਦਾ, ਟਿਊਬ ਦਾ ਬਣਿਆ ਗਲਾਸ ਟਿਊਬ ਹੁੰਦੀ ਆ। ਸੋ ਇਹ ਜਿਹੜਾ ਫਟ ਵੀ ਸਕਦਾ ਪ੍ਰੈਸ਼ਰ ਦੇ ਨਾਲ, ਇਸ ਕਰਕੇ ਆਪਾਂ ਨੂੰ ਕੀ ਆ ਦੋਨੋਂ ਜਗ੍ਹਾ ਦੇ ਉੱਪਰ ਜਗ੍ਹਾ ਛੱਡਣੀ ਪੈਂਦੀ ਆ ਤਾਂ ਕਿ ਜੇ ਇੱਧਰੋਂ ਜੇ ਆਪਣੀ ਏਅਰ ਜਿਹੜੀ ਐਕਸਪੈਂਡ ਹੋ ਰਹੀ ਆ ਤਾਂ ਲੀਕੁਇਡ ਜਿਹੜਾ ਆਰਾਮ ਦੇ ਨਾਲ ਜਿਹੜਾ ਉੱਪਰ ਜਿਹੜਾ ਆ ਉਹ ਫੈਲ ਸਕੇ। ਨੈਕਸਟ ਮੇਰੇ ਕੋਲ ਆਉਂਦੀ ਹੈ ਵਰਕਿੰਗ। ਸੋ ਬਹੁਤ ਸਿੰਪਲ ਵਰਕਿੰਗ ਆ, ਵਰਕਿੰਗ 'ਚ ਕੀ ਹੁੰਦਾ, ਵੈਨ ਦਾ ਇੰਸਟਰੂਮੈਂਟ ਇਜ਼ ਕਨੈਕਟਡ ਇਨ ਸੀਰੀਜ਼ ਵਿਦ ਦਾ ਸਰਕਿਟ ਕਰੰਟ ਸਟਾਰਟ ਫਲੋਇੰਗ ਥਰੂ ਦਾ ਹੀਟਰ, ਯਾਨੀ ਕਿ ਜਦੋਂ ਇਹਨੂੰ ਸੀਰੀਜ਼ 'ਚ ਕਨੈਕਟ ਕਰਦੇ ਹਾਂ ਸਰਕਿਟ 'ਚ ਤਾਂ ਜਿਹੜਾ ਆਹ ਮੇਰੇ ਕੋਲ ਏਅਰ ਬਲਬ ਏ ਦੇ ਵਿੱਚ ਜਿਹੜੀ ਹੀਟਰ ਸਟ੍ਰਿਪ ਆ ਇਹ ਕੀ ਹੈ ਗਰਮ ਹੋਣੀ ਸਟਾਰਟ ਹੋ ਜਾਂਦੀ ਹੈ, ਜਿਹਦੇ ਕਰਕੇ ਹੀਟ ਜਿਹੜੀ ਐਕਸਪੈਂਡ ਹੋ ਜਾਂਦੀ ਹੈ। ਸੋ ਦਾ ਏਅਰ ਇਨ ਬਲਬ ਏ ਐਕਸਪੈਂਡ ਕੋਸਿਸ ਦਾ ਸਲਫਿਊਰਿਕ ਐਸਿਡ ਇਨ ਦਾ ਰਾਈਟ ਹੈਂਡ ਲਿੰਬ ਆਫ ਯੂ ਟਿਊਬ ਟੂ ਸਪਿਲ ਇਨ ਟੂ ਦਾ ਇੰਡੈਕਸ ਟਿਊਬ। ਸੋ ਜਦੋਂ ਇੱਥੇ ਦੇਖੋ ਏਅਰ ਜਿਹੜੀ ਹੈ ਐਕਸਪੈਂਡ ਹੋਈ ਹੈ, ਏਅਰ ਐਕਸਪੈਂਡ ਹੋਣ ਦੇ ਕਰਕੇ ਕੀ ਹੋਣਾ ਕਿ ਜਿਹੜਾ ਸਲਫਿਊਰਿਕ ਐਸਿਡ ਹੈ ਨਾ ਇਹਨੇ ਮੂਵ ਕਰਨਾ ਇੱਧਰ ਨੂੰ,
ਸੋ ਜਦੋਂ ਇਹਨੇ ਮੂਵ ਕਰਨਾ ਨਾ ਉੱਪਰ ਨੂੰ, ਬਿਕੋਜ਼ ਇੱਥੋਂ ਪ੍ਰੈਸ਼ਰ ਪੈਣਾ ਸਲਫਿਊਰਿਕ ਐਸਿਡ ਨੂੰ, ਜਿੱਦਾਂ ਤੁਸੀਂ ਪਾਣੀ ਦਾ ਟੈਪ ਲਾਉਂਦੇ ਨਾ, ਪਾਈਪ ਲਗਾਉਂਦੇ ਆ, ਮੰਨ ਲਓ ਤੁਸੀਂ ਆਪਣੀ ਕਾਰ ਵਾਸ਼ ਕਰਨੀ ਆ, ਪਾਣੀ ਦਾ ਪਾਈਪ ਇੱਕ ਸਾਈਡ 'ਤੇ ਤੁਸੀਂ ਟੂਟੀ ਚਲਾਇਆ, ਸੋ ਇੱਕ ਸਾਈਡ 'ਤੇ ਤੁਸੀਂ ਪ੍ਰੈਸ਼ਰ ਵਧਾਉਂਦੇ ਤਾਂ ਦੂਸਰੇ ਪਾਸੇ ਪਾਣੀ ਬਾਹਰ ਆ ਜਾਂਦਾ, ਸੋ ਸੇਮ ਕੀ ਆ ਇੱਥੇ ਏਅਰ ਵੱਧ ਜਾਂਦੀ ਆ, ਏਅਰ ਜਦੋਂ ਫੈਲ ਗਈ, ਏਅਰ ਐਕਸਪੈਂਡ ਹੋ ਗਈ ਤਾਂ ਜਿਹੜਾ ਸਲਫਿਊਰਿਕ ਐਸਿਡ ਆ ਨਾ ਇੱਧਰਲੀ ਸਾਈਡ ਤੋਂ ਕੀ ਆ ਇਹਦਾ ਲੈਵਲ ਅੱਪ ਹੋਣ ਲੱਗ ਪੈਣਾ, ਸੋ ਜਦੋਂ ਸਲਫਿਊਰਿਕ ਐਸਿਡ ਦਾ ਜਿਹੜਾ ਲੈਵਲ ਆ ਉਹ ਅੱਪ ਹੋਇਆ ਤਾਂ ਜਿਹੜਾ ਸਲਫਿਊਰਿਕ ਐਸਿਡ ਆ ਨਾ ਇੱਥੋਂ ਸਪਿੱਲ ਹੋ ਕੇ ਇੰਡੈਕਸ ਟਿਊਬ ਦੇ ਵਿੱਚ ਆ ਜਾਣਾ, ਸੋ ਇਹ ਇੰਡੈਕਸ ਟਿਊਬ ਜਿਹੜੀ ਆ ਇੱਥੋਂ ਜਿੰਨੀ ਵੀ ਭਰ ਗਿਆ ਇਹ ਜਿਹੜੀ ਇੰਡੈਕਸ ਟਿਊਬ ਆ ਜਿੰਨੀ ਵੀ ਭਰ ਗਈ ਸਲਫਿਊਰਿਕ ਐਸਿਡ ਨਾਲ, ਉਨੀ ਰੀਡਿੰਗ ਜਿਹੜੀ ਆਪਾਂ ਸਕੇਲ 'ਤੇ ਦੇਖ ਕੇ ਅਤੇ ਦੱਸ ਦਿੰਦੇ ਸੀ ਕਿ ਹਾਂ ਵੀ ਮੈਕਸੀਮਮ ਡਿਮਾਂਡ ਇੰਨੀ ਆ, ਸੋ ਇਹਨੂੰ ਕੈਲੀਬਰੇਟ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਆ, ਬਿਕੋਜ਼ ਦੇਖੋ ਇਹ ਲਿਕੁਇਡ ਆ, ਹੁਣ ਤੋਂ ਤੁਹਾਨੂੰ ਆਈਡੀਆ ਲੈਣਾ ਪੈਣਾ ਵੀ ਜੇ ਇੰਨਾ ਲਿਕੁਇਡ ਪਿਆ ਤਾਂ ਇੰਨੀ ਜਿਹੜੀ ਆ ਡਿਮਾਂਡ, ਸੋ ਕੈਲੀਬਰੇਟ ਕਰਨਾ ਇਹਨੂੰ ਓਬਵੀਅਸਲੀ ਮੁਸ਼ਕਿਲ ਆ। ਬਾਕੀ ਮੈਕਸੀਮਮ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਜਿੰਨਾ ਜ਼ਿਆਦਾ ਮੈਕਸੀਮਮ ਡਿਮਾਂਡ ਐਕਚੁਅਲ 'ਚ ਕੀ ਆ ਵੀ ਕਰੰਟ ਜਿਹੜਾ ਸਿਸਟਮ ਜਿਹੜਾ ਤੁਹਾਡਾ ਜ਼ਿਆਦਾ ਚੱਕ ਰਿਹਾ, ਯਾਨੀ ਕਿ ਲੋਡ ਤੁਹਾਡੇ ਸਿਸਟਮ ਦਾ ਜ਼ਿਆਦਾ ਆ, ਸੋ ਜਿੰਨਾ ਜ਼ਿਆਦਾ ਲੋਡ ਹੋਊਗਾ ਉਨਾ ਹੀ ਜ਼ਿਆਦਾ ਜਿਹੜਾ ਇਹ ਇਕਵਿਪਮੈਂਟ ਸੀਰੀਜ਼ 'ਚ ਲੱਗਾ, ਉਨਾ ਹੀ ਜ਼ਿਆਦਾ ਜਿਹੜਾ ਮੇਰੀ ਹੀਟਰ ਕੋਇਲ ਇਹਨਾਂ 'ਚੋਂ ਕਰੰਟ ਫਲੋ ਕਰੂਗਾ, ਅਤੇ ਜਿੰਨਾ ਜ਼ਿਆਦਾ ਇਹਦੇ ਵਿੱਚੋਂ ਕਰੰਟ ਫਲੋ ਕਰੂਗਾ ਓਬਵੀਅਸਲੀ ਗੱਲ ਉਨਾ ਹੀ ਜ਼ਿਆਦਾ ਹੀਟ ਹੋਊਗਾ ਇਹ, ਸੋ ਜਿੰਨਾ ਜ਼ਿਆਦਾ ਇਹ ਹੀਟ ਹੋਊਗਾ ਉਨੀ ਜ਼ਿਆਦਾ ਏਅਰ ਐਕਸਪੈਂਡ ਹੋਊਗੀ, ਅਤੇ ਉਨਾ ਹੀ ਜ਼ਿਆਦਾ ਜਿਹੜਾ ਸਲਫਿਊਰਿਕ ਐਸਿਡ ਆ ਉਹ ਇੰਡੈਕਸ ਟਿਊਬ ਦੇ ਵਿੱਚ ਸਪਿੱਲ ਕਰੂਗਾ, ਸੋ ਇੱਥੋਂ ਮੈਨੂੰ ਕੀ ਆ ਈਜ਼ੀਲੀ ਮੇਰਾ ਜਿਹੜਾ ਆ ਮੈਕਸੀਮਮ ਡਿਮਾਂਡ ਦੇ ਬਾਰੇ ਪਤਾ ਲੱਗ ਜੂਗਾ, ਅਤੇ ਮੈਕਸੀਮਮ ਡਿਮਾਂਡ ਜਿਹੜੀ ਆ ਉਹ ਰਿਕਾਰਡ ਹੋ ਜੂਗੀ ਮੇਰੇ ਕੋਲ ਵੀ ਕਿੰਨੀ ਹੈ। ਬਾਕੀ ਇਹਦੇ ਵਿੱਚ ਜਿਹੜੇ ਇੰਸਟਰੂਮੈਂਟ ਹੁੰਦੇ ਸੀਗੇ, ਜਦੋਂ ਵੀ ਮੰਨ ਲਓ ਇਹਦੀ ਰੀਡਿੰਗ ਜਿਹੜੀ ਆ ਆਪਣੇ ਕਸਟਮਰ ਨੇ ਜਾਂ ਜਿਹੜਾ ਵੀ ਰੀਡਿੰਗ ਲੈਣ ਵਾਲਾ ਉਹਨੇ ਜਦੋਂ ਰੀਡਿੰਗ ਦੇਖ ਲਈ ਆ, ਤਾਂ ਉਹ ਕੀ ਕਰਦਾ ਸੀ ਦੁਬਾਰਾ ਜਿਹੜਾ ਇੰਡੈਕਸ ਟਿਊਬ ਦੇ ਵਿੱਚ ਐਸਿਡ ਹੁੰਦਾ ਸੀ ਉਹਨੂੰ ਦੁਬਾਰਾ ਜਿਹੜਾ ਵਾਪਸ ਇੱਥੇ ਮੇਨ ਟਿਊਬ ਦੇ ਵਿੱਚ ਭੇਜ ਦਿੰਦਾ ਸੀ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਟਾਈਮ ਟੂ ਟਾਈਮ ਕੀ ਸੀਗਾ ਉਹ ਰੀਡਿੰਗ ਜਿਹੜੀ ਸੀ ਡੇਲੀ ਬੇਸਿਸ 'ਤੇ ਜਿਹੜਾ ਸੀ ਉਹ ਨੋਟ ਕਰ ਸਕਦਾ ਸੀਗਾ, ਐਜ਼ ਪਰ ਐਜ਼ ਰਿਕੁਆਇਰਮੈਂਟ ਕਿ ਉਹਨੇ ਵੀਕਲੀ ਦੇਖਣੀ ਆ ਜਾਂ 2 ਵੀਕਸ ਬਾਅਦ ਜਿਹੜਾ ਉਹ ਦੇਖਣੀ ਆ। ਬਟ ਇਹਦੀ ਜਿਹੜੀ ਸਭ ਤੋਂ ਮੇਨ ਡਿਸਐਡਵਾਂਟੇਜ ਦੇਖੋ ਇਹੀ ਸੀਗੀ ਕਿ ਆਪਾਂ ਇਹਨੂੰ ਬਹੁਤ ਜ਼ਿਆਦਾ ਜਿੱਥੇ ਲੋਡ ਹੈਗਾ ਉੱਥੇ ਨਹੀਂ ਸੀ ਆਪਾਂ ਇਹਨੂੰ ਲਗਾ ਸਕਦੇ, ਠੀਕ ਹੈ, ਜਿੱਦਾਂ ਲਿਖਿਆ ਵੀ ਹੋਇਆ ਦਿਸ ਇੰਸਟਰੂਮੈਂਟਸ ਆਰ ਅਨੇਬਲ ਟੂ ਮੇਅਰ ਹੈਵੀ ਕਰੰਟ ਬਿਕੋਜ਼ ਇਟ ਵਰਕਸ ਔਨ ਦਾ ਪ੍ਰਿੰਸੀਪਲ ਆਫ ਹੀਟ ਪ੍ਰੋਡਕਸ਼ਨ। ਸੋ ਹੀਟ ਪ੍ਰੋਡਕਸ਼ਨ ਦੇ ਪ੍ਰਿੰਸੀਪਲ ਦੇ ਉੱਪਰ ਕੰਮ ਕਰਨ ਕਰਕੇ ਕੀ ਹੈ ਇਹਨੂੰ ਆਪਾਂ ਜਿੱਥੇ ਜ਼ਿਆਦਾ ਕਰੰਟ ਫਲੋ ਕਰਦਾ ਜਾਂ ਜਿੱਥੇ ਜ਼ਿਆਦਾ ਲੋਡ ਆ ਜਾਂ ਜਿੱਥੇ ਆਪਾਂ ਨੂੰ ਪਤਾ ਹੈ ਕਿ ਕਰੰਟ ਜ਼ਿਆਦਾ ਸਰਕਟ ਸਿਸਟਮ 'ਚੋਂ ਫਲੋ ਕਰਨਾ, ਉੱਥੇ ਆਪਾਂ ਇਹਨੂੰ ਕਦੀ ਵੀ ਜਿਹੜਾ ਮੈਕਸੀਮਮ ਡਿਮਾਂਡ ਦੇਖਣ ਵਾਸਤੇ ਨਹੀਂ ਲਗਾਉਂਦੇ ਸੀ, ਕਿਉਂਕਿ ਦੇਖੋ ਜੇ ਨੋਰਮਲ ਰੇਟਿੰਗ ਤੋਂ ਵੱਧ ਕਰੰਟ ਇਹਦੇ ਵਿੱਚੋਂ ਹੀਟ ਸਟ੍ਰਿਪ 'ਚ ਫਲੋ ਕਰ ਗਿਆ ਜਾਂ ਤਾਂ ਹੀਟ ਸਟ੍ਰਿਪ ਸੜੂਗੀ ਜਾਂ ਫਿਰ ਏਅਰ ਇੰਨੀ ਕੁ ਜ਼ਿਆਦਾ ਐਕਸਪੈਂਡ ਹੋਊਗੀ ਕਿ ਜਿਹੜਾ ਇਹ ਆਪਣਾ ਹੈਗਾ ਪ੍ਰੈਸ਼ਰ ਦੇ ਨਾਲ ਜਿਹੜੀ ਟਿਊਬ ਆ ਇਹ ਵੀ ਫਟ ਸਕਦੀ ਆ, ਅਤੇ ਦੂਸਰਾ ਗਰਮ ਹੋਣ ਕਰਕੇ ਵੀ ਜਿਹੜਾ ਗਲਾਸ ਆ ਉਹਦੀ ਜਿਹੜੀ ਵਰਕਿੰਗ ਆ ਉੱਤੇ ਇਫੈਕਟ ਹੋ ਸਕਦਾ, ਉਹ ਵੀ ਜਿਹੜਾ ਫਟ ਸਕਦੀ ਆ, ਡੈਮੇਜ ਹੋ ਸਕਦਾ ਆਪਣਾ ਪੂਰਾ ਇਕਵਿਪਮੈਂਟ। ਸੋ ਇਸ ਕਰਕੇ ਜਿਹੜਾ ਸੀ ਲੋ ਘੱਟ ਲੋਡ 'ਤੇ ਹੀ ਜਾਂ ਜਿੱਥੇ ਘੱਟ ਲੋਡ ਹੁੰਦਾ ਸੀ ਮੇਅਰ ਕਰਨਾ ਆਪਾਂ ਉੱਥੇ ਹੀ ਆਪਾਂ ਇਹਨੂੰ ਜਿਹੜਾ ਯੂਜ਼ ਕਰਦੇ ਸੀ। ਸੋ ਇਹ ਆਪਣੇ ਕੋਲ ਰਾਈਟ ਮੈਕਸੀਮਮ ਡਿਮਾਂਡ ਸੀ। ਨੈਕਸਟ ਜਿਹੜੀ ਸੈਕਿੰਡ ਟਾਈਪ ਮੇਰੇ ਕੋਲ ਆ ਜਾਂਦੀ ਆ ਇਹ ਮੇਰੇ ਕੋਲ ਹੈਗੀ ਆ ਮਰਜ਼ ਪ੍ਰਾਈਜ਼ ਡਿਮਾਂਡ ਇੰਡੀਕੇਟਰ। ਸੋ ਇਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਡਿਸਕਸ ਕਰਨਾ ਵੀ ਕੀ ਚੀਜ਼ ਹੁੰਦੀ ਆ ਇਹ ਮਰਜ਼ ਪ੍ਰਾਈਜ਼ ਡਿਮਾਂਡ ਇੰਡੀਕੇਟਰ ਆ ਇਹਦਾ ਨਾਮ। ਜਿਹੜੇ ਇਹ ਇੰਸਟਰੂਮੈਂਟ ਸੀਗੇ ਨਾ ਇਹ ਕੋਈ ਅਲੱਗ ਤੋਂ ਇੰਸਟਰੂਮੈਂਟ ਸੀ ਨਹੀਂ, ਜਿੱਦਾਂ ਆ ਦੇਖੋ ਆਪਣਾ ਰਾਈਟ ਮੈਕਸੀਮਮ ਡਿਮਾਂਡ ਸੀ ਨਾ ਇਹਦਾ ਅਲੱਗ ਤੋਂ ਇੰਸਟਰੂਮੈਂਟ ਸੀਗਾ ਜਿਹੜਾ ਸਰਕਟ ਦੇ ਆਪਣੇ ਵਿੱਚ ਲੱਗਦਾ ਹੁੰਦਾ ਸੀ। ਜਿੱਦਾਂ ਮੰਨ ਲਓ ਤੁਹਾਡਾ ਇੱਕ ਐਨਰਜੀ ਮੀਟਰ ਲੱਗਾ, ਐਨਰਜੀ ਮੀਟਰ ਤੋਂ ਜਿਹੜਾ ਫੇਸ ਆਇਆ ਉਹ ਫੇਸ ਦਾ ਇੱਕ ਪੁਆਇੰਟ ਇੱਥੇ ਕਨੈਕਟ ਹੋਣਾ, ਦੂਸਰਾ ਪੁਆਇੰਟ ਇੱਥੇ ਕਨੈਕਟ ਹੋਣਾ ਅਤੇ ਅੱਗੇ ਚੱਲ ਜਾਣਾ, ਠੀਕ ਹੈ, ਇਹ ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ ਹੈ ਸਰਕਟ 'ਚ। ਬਟ ਜੇ ਹੁਣ ਮੈਂ ਮਰਜ਼ ਪ੍ਰਾਈਜ਼ ਡਿਮਾਂਡ ਇੰਡੀਕੇਟਰ ਦੀ ਗੱਲ ਕਰਾਂ ਨਾ ਤਾਂ ਇਹ ਕੋਈ ਅਲੱਗ ਪਾਰਟ ਨਹੀਂ ਸੀ ਹੁੰਦਾ। ਇਹਦੇ ਵਿੱਚ ਕੀ ਹੁੰਦਾ ਸੀ ਜਿਹੜੀ ਇਹਦੀ ਕੈਮ ਸ਼ਾਫਟ ਆ ਨਾ ਇਹ ਕੈਮ ਜਿਹੜੀ ਆ ਇਹ ਅੱਗੇ ਜਾ ਕੇ ਤੁਹਾਡੇ ਐਨਰਜੀ ਮੀਟਰ ਦੇ ਨਾਲ ਕਨੈਕਟਡ ਹੁੰਦੀ ਸੀ। ਜਿਹੜੀ ਐਨਰਜੀ ਮੀਟਰ ਦੀ ਡਿਸਕ ਹੁੰਦੀ ਨਾ ਜਿਹੜਾ ਆਪਾਂ ਲਾਸਟ ਟਾਈਮ ਐਨਰਜੀ ਮੀਟਰ ਡਿਸਕਸ ਕੀਤਾ ਆ ਇੰਡਕਸ਼ਨ ਟਾਈਪ ਐਨਰਜੀ ਮੀਟਰ, ਉਹ ਜਿਹੜੀ ਡਿਸਕ ਰੋਟੇਟ ਕਰਦੀ ਆ ਉਹ ਡਿਸਕ ਦੇ ਨਾਲ ਹੀ ਆਪਾਂ ਕਿ ਪਿਨੀਅਨ ਲਾ ਕੇ ਯਾਨੀ ਕਿ ਗਰਾਰੀ ਲਾ ਕੇ ਉਹਦੇ ਨਾਲ ਹੀ ਆ ਕੈਮ ਸ਼ਾਫਟ ਜਿਹੜੀ ਹੁੰਦੀ ਸੀ ਨਾ ਇਹਨੂੰ ਆਪਾਂ ਅਟੈਚ ਕੀਤਾ ਹੁੰਦਾ ਸੀਗਾ। ਸੋ ਜਦੋਂ ਕੈਮ ਮੇਰਾ ਜਿਹੜਾ ਹੁੰਦਾ ਸੀ ਰੋਟੇਟ ਕਰਦਾ ਸੀਗਾ, ਡਿਸਕ ਰੋਟੇਟ ਕਰਦੀ ਸੀ, ਡਿਸਕ ਰੋਟੇਟ ਕਰਨ ਦੇ ਨਾਲ ਕੀ ਆ ਮੇਰਾ ਜਿਹੜੇ ਕੈਮ ਸ਼ਾਫਟ ਹੈ ਵੀ ਰੋਟੇਟ ਕਰਦੀ ਸੀ, ਜਿਹਦੇ ਕਰਕੇ ਮੇਰੇ ਕੋਲ ਕੀ ਆ ਆਹ ਅੱਗੇ ਪਿਨੀਅਨਸ ਜਿਹੜੀਆਂ ਲੱਗੀਆਂ ਰੋਟੇਟ ਕਰਦੀਆਂ ਸੀ ਅਤੇ ਅੱਗੇ ਮੇਰੇ ਕੋਲ ਸ਼ਿਫਟ ਹੁੰਦਾ ਸੀ ਪੁਆਇੰਟਰ। ਸੋ ਇਹਦੇ ਵਿੱਚ ਕੰਸਟਰਕਸ਼ਨ ਅਤੇ ਵਰਕਿੰਗ ਜਿਹੜੀ ਹੈ ਆਪਾਂ ਇਨਫੋਰਮੇਸ਼ਨ ਬੇਸਿਕ ਇਹਦੀ ਸਟੱਡੀ ਕਰਨੀ ਆ, ਡਿਟੇਲ ਦੇ ਵਿੱਚ ਨਹੀਂ ਜਾਣਾ। ਸੋ ਕੰਸਟਰਕਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੁੰਦਾ ਸੀ ਇੱਕ ਸਪੈਸ਼ਲ ਡਾਇਲ ਮਕੈਨਿਜ਼ਮ ਹੁੰਦਾ ਸੀਗਾ ਜਿਹਦੇ ਵਿੱਚ ਕੀ ਆ ਪੁਆਇੰਟਰ ਆ, ਦੇਖੋ ਇੱਕ ਡਾਇਲ ਮਕੈਨਿਜ਼ਮ ਆ ਜਿਹਦੇ ਵਿੱਚ ਕੀ ਆ ਮੇਰੇ ਕੋਲ ਇੱਕ ਪੁਆਇੰਟਰ ਆ ਅਤੇ ਇਹ ਜਿਹੜਾ ਪੁਆਇੰਟਰ ਹੁੰਦਾ ਇਹਨੂੰ ਇੱਕ ਪਿੰਨ ਨੇ ਦੇਖੋ ਛੋਟੀ ਜਿਹੀ ਪਿੰਨ ਲੱਗੀ ਹੋਈ ਆ ਇੱਥੇ ਪਿੰਨ ਨੇ ਰੋਕਿਆ ਹੁੰਦਾ। ਸੋ ਇਹ ਪਿੰਨ ਦਾ ਜਿਹੜਾ ਹੁੰਦਾ ਬਹੁਤ ਮੇਨ ਕੰਮ ਹੁੰਦਾ।
ਸੋ ਇਹ ਜਿਹੜੀ ਪਿੰਨ ਹੁੰਦੀ ਹੈ ਇਹਨੇ ਹੀ ਆਪਾਂ ਨੂੰ ਮੈਕਸੀਮਮ ਡਿਮਾਂਡ ਜਿਹੜੀ ਹੈ ਇੰਡੀਕੇਟ ਕਰਕੇ ਦੱਸਣੀ ਹੁੰਦੀ, ਕਿੱਦਾਂ ਦੱਸਣੀ ਹੁੰਦੀ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂੰਗਾ। ਸੋ ਇਹਦੇ ਵਿੱਚ ਦੇਖੋ ਇੱਕ ਆਪਣੇ ਕੋਲ ਕੈਮ ਸ਼ਾਫਟ ਹੈ, ਕੈਮ ਤੁਹਾਨੂੰ ਦੱਸੀ ਸੀ ਮੈਂ ਕੀ ਕਰਦੀ ਹੈ, ਇਹ ਕੈਮ ਜਿਹੜੀ ਹੁੰਦੀ ਆ ਅੱਗੇ ਕਨੈਕਟਡ ਹੁੰਦੀ ਆ ਇਹ ਐਨਰਜੀ ਮੀਟਰ ਦੇ ਨਾਲ, ਐਨਰਜੀ ਮੀਟਰ ਦੀ ਡਿਸਕ ਰੋਟੇਟ ਕਰਦੀ ਆ ਅਤੇ ਅੱਗੇ ਆਪਾਂ ਜਿਹੜਾ ਮੂਵਿੰਗ ਸਪਿੰਡਲ ਹੁੰਦੀ ਆ ਐਨਰਜੀ ਮੀਟਰ ਦੀ ਉਹਦੇ ਨਾਲ ਅੱਗੇ ਕੀ ਗਰਾਰੀਆਂ ਲਾ ਕੇ ਕੈਮ ਕਨੈਕਟ ਕੀਤੀ ਹੁੰਦੀ ਅਤੇ ਕੈਮ ਵੀ ਨਾਲ ਹੀ ਰੋਟੇਟ ਕਰਦੀ ਆ। ਦੈਨ ਆਪਣੇ ਕੋਲ ਬੈਲ ਕਰੈਂਕ ਆ ਜਾਂਦੀ ਹੈ, ਬੈਲ ਕਰੈਂਕ ਜਿਹੜੀ ਹੁੰਦੀ ਆ ਇਹ ਕੁਛ ਟਾਈਮ ਬਾਅਦ, ਮੰਨ ਲਓ ਅੱਧੇ ਘੰਟੇ ਬਾਅਦ ਜਾਂ ਇੱਕ ਘੰਟੇ ਬਾਅਦ ਜਿੰਨਾ ਵੀ ਆਪਾਂ ਟਾਈਮ ਸੈੱਟ ਕੀਤਾ ਹੋਊਗਾ ਉਸ ਟਾਈਮ ਦੇ ਬਾਅਦ ਕੀ ਆ ਇਹ ਰੀਸੈਟ ਕਰ ਦਿੰਦੀ ਆ ਮੇਰੇ ਇਕਵਿਪਮੈਂਟ ਨੂੰ। ਦੈਨ ਮੇਰੇ ਕੋਲ ਪੀਨੀਅਨ ਆ ਜਾਂਦੀ, ਪੀਨੀਅਨ ਗਰਾਰੀ ਹੁੰਦੀ ਆ, ਹੋਰ ਕੁਛ ਨਹੀਂ ਹੁੰਦਾ, ਗਰਾਰੀ ਨੂੰ ਹੀ ਇੰਗਲਿਸ਼ 'ਚ ਪੀਨੀਅਨ ਕਹਿੰਦੇ ਆ। ਸੋ ਗਰਾਰੀ ਜਿਹੜੀ ਹੁੰਦੀ ਆ ਦੇਖੋ ਇੱਕ ਆਹ ਲੱਗੀ ਹੋਈ ਅਤੇ ਇੱਕ ਆਹ ਵੱਡੀ ਲੱਗੀ ਹੋਈ ਹੈ ਗਰਾਰੀ। ਦੈਨ ਮੇਰੇ ਕੋਲ ਸਪਰਿੰਗ ਲੱਗਾ ਹੁੰਦਾ, ਸਪਰਿੰਗ ਜਿਹੜਾ ਹੁੰਦਾ ਇਹ ਟੈਂਸ਼ਨ ਕੰਟਰੋਲ ਕਰਦਾ ਬੈਲ ਕਰੈਂਕ ਦੀ। ਸੋ ਸਪਰਿੰਗ ਦਾ ਕੰਮ ਜਿਹੜਾ ਬੇਸਿਕ ਇਹੀ ਹੁੰਦਾ ਕਿ ਟਾਈਮ ਜਿਹੜਾ ਆ ਨਾ ਇੱਕ ਪਰਟੀਕੁਲਰ ਟਾਈਮ ਤੋਂ ਬਾਅਦ ਜਿਹੜਾ ਬੈਲ ਕਰੈਂਕ ਨੂੰ ਦੁਬਾਰਾ ਰੀਸੈਟ ਕਰ ਦੇਵੇ। ਦੈਨ ਪੁਆਇੰਟਰ ਅਤੇ ਪੀਨੀਅਨ ਆ ਜਾਂਦਾ ਅਤੇ ਇੱਕ ਮੇਰੇ ਤੋਂ ਰਿਕਾਰਡਿੰਗ ਮਕੈਨਿਜ਼ਮ ਆ ਜਿਹਦੇ ਉੱਪਰ ਕੀ ਆ ਮੇਰੇ ਕੋਲ ਮੈਕਸੀਮਮ ਡਿਮਾਂਡ ਜਿਹੜੀ ਆ ਉਹ ਸ਼ੋ ਹੋਊਗੀ। ਸੋ ਕੰਸਟਰਕਸ਼ਨ ਦੇ ਬਾਰੇ ਥੋੜ੍ਹਾ ਜਿਹਾ ਸਟੱਡੀ ਕਰਦੇ ਹਾਂ। ਕਹਿੰਦਾ ਇਟ ਕੰਸਿਸਟ ਆਫ ਅ ਸਪੈਸ਼ਲ ਡਾਇਲ ਮਕੈਨਿਜ਼ਮ ਵਿਦ ਅ ਪੁਆਇੰਟਰ। ਸੋ ਸਪੈਸ਼ਲ ਡਾਇਲ ਮਕੈਨਿਜ਼ਮ ਆ ਜਿਹਦਾ ਇੱਕ ਪੁਆਇੰਟਰ ਆ, ਡਰਿਵਨ ਡਾਊਨਵਰਡ ਬਾਏ ਗੇਅਰ ਟ੍ਰੇਨ ਐਂਡ ਪਿੰਨ ਵਿਚ ਇਜ਼ ਨੋਰਮਲੀ ਕਪਰ ਟੂ ਦਾ ਐਨਰਜੀ ਮੀਟਰ। ਸੋ ਤੁਹਾਨੂੰ ਦੱਸਿਆ ਸੀ ਵੀ ਗੇਅਰ ਟ੍ਰੇਨ ਅਤੇ ਪਿੰਨ ਜਿਹੜੀ ਸਪੈਸ਼ਲ ਹੁੰਦਾ ਇਹਦੀ, ਆਹ ਦੇਖੋ ਇੱਕ ਪਿੰਨ ਲੱਗੀ ਹੋਈ ਆ, ਇਹ ਪਿੰਨ ਜਿਹੜੀ ਹੁੰਦੀ ਆ ਦੇਖੋ ਆ ਗੇਅਰ ਆ ਤੁਹਾਡਾ ਜਿਹੜਾ ਐਂਟੀ ਕਲੋਕਵਾਈਜ਼ ਆ, ਡਾਇਰੈਕਸ਼ਨ ਵੀ ਦੇਖੋ ਲਿਖੀ ਹੋਈ ਹੈ ਐਂਟੀ ਕਲੋਕਵਾਈਜ਼ ਆ, ਇਹਦੀ ਡਾਇਰੈਕਸ਼ਨ ਜਿਹੜੀ ਆ ਐਂਟੀ ਕਲੋਕਵਾਈਜ਼ ਆ। ਦੈਨ ਆਪਣੇ ਕੋਲ ਆਹੀ ਅੱਗੇ ਪੀਨੀਅਨ ਜਿਹੜੀ ਆ ਅੱਗੇ ਇਹਦੇ ਨਾਲ ਅਟੈਚ ਆ, ਅੱਗੇ ਕੈਮ ਨਾਲ ਅਟੈਚ ਆ, ਅਤੇ ਇਹ ਕਿਹੜੇ ਕੈਮ ਆ ਅੱਗੇ ਕਿਹਦੇ ਨਾਲ ਅਟੈਚ ਆ, ਜਿਹੜਾ ਮੇਰਾ ਐਨਰਜੀ ਮੀਟਰ ਆ, ਐਨਰਜੀ ਮੀਟਰ ਦੀ ਸਪਿੰਡਲ ਦੇ ਨਾਲ ਅਟੈਚ ਆ ਇਹ। ਸੋ ਨੋਰਮਲੀ ਦਾ ਪਿੰਨ ਡਰਾਈਵਸ ਫੋਰਵਰਡ ਦਾ ਪੁਆਇੰਟਰ ਸੇਜ਼ ਹਾਫ ਐਨ ਆਵਰ ਪੀਰੀਅਡ। ਸੋ ਜਿਹੜੀ ਮੇਰੀ ਪਿੰਸ ਹੁੰਦੀ ਨਾ ਇਹ ਫੋਰਵਰਡ ਡਾਇਰੈਕਸ਼ਨ 'ਚ, ਯਾਨੀ ਕਿ ਇੱਧਰਲੀ ਡਾਇਰੈਕਸ਼ਨ 'ਚ ਜਿਹੜੀ ਹੈ ਇਹ ਮੂਵ ਹੁੰਦੀ, ਜਦੋਂ ਇਹਨੇ ਇੱਧਰ ਨੂੰ ਮੂਵ ਕਰਨਾ ਅਤੇ ਪੁਆਇੰਟਰ ਜਿਹੜਾ ਇਹਨੇ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ, ਅਤੇ ਨਾਲ ਹੀ ਜਿਹੜੀ ਇਹਦੇ ਆ ਪਿੰਨ ਵੀ ਜਿਹੜੀ ਹੈ ਇਹਨੇ ਅੱਗੇ ਨੂੰ ਮੂਵ ਕਰਨਾ। ਸੋ ਦੇਖੋ ਜਦੋਂ ਪੁਆਇੰਟਰ ਜਿਹੜਾ ਮੂਵ ਕੀਤਾ ਤੁਹਾਨੂੰ ਦੱਸਿਆ, ਨਾਲ ਹੀ ਇਹਦੀ ਜਿਹੜੀ ਆ ਪਿੰਨ ਵੀ ਕਰਨੀ ਆ ਮੂਵ। ਸੋ ਇਹ ਜਿਹੜੀ ਪਿੰਨ ਹੁੰਦੀ ਨਾ, ਮੰਨ ਲਓ ਆਪਾਂ ਇੱਥੇ ਜਿਹੜੇ ਬੈਲ ਕਰੈਂਕ ਆ, ਇੱਥੇ ਆਪਾਂ ਅੱਧੇ ਘੰਟੇ ਦਾ ਟਾਈਮ ਜਿਹੜਾ ਉਹ ਸੈੱਟ ਕੀਤਾ ਵੀ ਅੱਧੇ ਘੰਟੇ ਤੱਕ ਜਿਹੜੀ ਆ ਨਾ ਇਹ ਪਿੰਨ ਜਿਹੜੀ ਆ ਇਹ ਅੱਗੇ ਮੂਵ ਕਰੂਗੀ। ਜਿੱਦਾਂ ਮੰਨ ਲਓ ਪਿੰਨ ਜਿਹੜੀ ਆ ਹੁਣ ਮੇਰੀ ਮੂਵ ਹੋ ਕੇ ਇਸ ਪੋਜੀਸ਼ਨ 'ਤੇ ਆ ਗਈ ਆ, ਠੀਕ ਆ। ਸੋ ਇਹ ਜਿਹੜੀ ਪਿੰਨ ਆ ਇੱਥੇ ਹੀ ਰਹਿਣੀ ਆ, ਬਟ ਜਿਹੜਾ ਪੁਆਇੰਟਰ ਆ ਮੇਰਾ ਇਹਨੇ ਵਾਪਸ ਆਪਣੀ ਪੋਜੀਸ਼ਨ 'ਤੇ ਆ ਜਾਣਾ। ਸੋ ਪਿੰਨ ਇੱਥੇ ਰਹਿ ਗਈ, ਹੁਣ ਮੰਨ ਲਓ ਕੰਜ਼ਿਊਮਰ ਜਿਹੜਾ ਆ ਹੋਰ ਜ਼ਿਆਦਾ ਜਿਹੜੀ ਆ ਸਪਲਾਈ ਕੰਜ਼ਿਊਮ ਕਰਦਾ ਪਿਆ, ਜਾਂ ਉਹ ਕੋਈ ਹੋਰ ਲੋਡ ਜਿਹੜਾ ਨਾ ਜ਼ਿਆਦਾ ਪਾ ਰਿਹਾ। ਸੋ ਪਹਿਲਾਂ ਪਿੰਨ ਇੱਥੇ ਸੀਗੀ, ਅਤੇ ਜਦੋਂ ਪੁਆਇੰਟਰ ਫਿਰ ਇੱਥੇ ਆਇਆ, ਪੁਆਇੰਟਰ ਨੇ ਫਿਰ ਇਹਨੂੰ ਪੁਸ਼ ਕਰਨਾ, ਇਹਨੇ ਥੋੜ੍ਹਾ ਜਿਹਾ ਹੋਰ ਅੱਗੇ ਹੋ ਜਾਣਾ, ਫਿਰ ਉਸ ਤੋਂ ਬਾਅਦ 'ਚ ਪੁਆਇੰਟਰ ਜਿਹੜਾ ਉਹਨੇ ਵਾਪਸ ਆਪਣੀ ਪੋਜੀਸ਼ਨ 'ਤੇ, ਪੁਆਇੰਟਰ ਜਿਹੜਾ ਉਹਨੇ ਕੀ ਹੋਣਾ ਫਿਰ ਵਾਪਸ ਆਪਣੀ ਪੋਜੀਸ਼ਨ 'ਤੇ ਆਉਣਾ, ਬਟ ਪਿੰਨ ਇੱਥੇ ਹੀ ਆ। ਹੁਣ ਜਿੰਨਾ ਆਪਾਂ ਟਾਈਮ ਸੈੱਟ ਕੀਤਾ ਨਾ ਬੈਲ ਕਰੈਂਕ 'ਤੇ, ਉਨੇ ਟਾਈਮ ਤੱਕ ਕੀ ਆ ਜਿਹੜੀ ਆ ਪਿੰਨ ਆ ਛੋਟੀ ਇਹ ਇੱਥੇ ਰਹਿਣੀ ਆ। ਸੋ ਅੱਧੇ ਘੰਟੇ ਦੇ ਮੰਨ ਲਓ ਟਾਈਮ ਸੈੱਟ ਕੀਤਾ, ਅੱਧੇ ਘੰਟੇ ਤੱਕ ਪਿੰਨ ਇੱਥੇ ਰਹਿਣੀ ਆ। ਜੇ ਤਾਂ ਥੋੜ੍ਹਾ ਆਪਣੇ ਕੋਲ ਲੋਡ ਹੈਗਾ ਤਾਂ ਜਿਹੜਾ ਪੁਆਇੰਟਰ ਆ ਉਹ ਇੱਥੇ ਮੂਵ ਇੱਥੇ ਤੱਕ ਆਜੂਗਾ, ਬਟ ਪਿੰਨ ਤੱਕ ਨਹੀਂ ਪਹੁੰਚੂਗਾ, ਠੀਕ ਹੈ। ਇੱਥੇ ਤੱਕ ਆ ਗਿਆ ਉਹ ਫਿਰ ਵਾਪਸ ਚਲ ਜਾਣਾ, ਬਟ ਪਿੰਨ ਜਿਹੜੀ ਆ ਪਿੰਨ ਉੱਥੇ ਰਹਿਣੀ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਇਹ ਅੱਧੇ ਘੰਟਾ ਜਿਹੜਾ ਆ ਇਹਦੇ ਵਿੱਚ ਜਿਹੜੀ ਮੈਕਸੀਮਮ ਡਿਮਾਂਡ ਸੀਗੀ ਉਹ ਇੰਨੀ ਸੀ, ਉਹ ਆਪਾਂ ਰੀਡਿੰਗ ਜਿਹੜੀ ਨੋਟ ਕਰ ਲੈਣੀ। ਸੋ ਕੁਛ ਸਮੇਂ ਬਾਅਦ ਕੀ ਹੋਣਾ ਜਿਹੜੀ ਜਦੋਂ ਆਪਣਾ ਬੈਲ ਕਰੈਂਕ ਜਿਹੜੀ ਆ ਇਹਦਾ ਟਾਈਮ ਜਿਹੜਾ ਇਹ ਖਤਮ ਹੋ ਗਿਆ, ਯਾਨੀ ਕਿ ਅੱਧੇ ਘੰਟੇ ਦੇ ਬੈਲ ਕਰੈਂਕ ਆਪਾਂ ਕੀਤੀ ਸੀ ਸੈੱਟ, ਅੱਧਾ ਘੰਟਾ ਜਿਹੜਾ ਪੂਰਾ ਹੋ ਗਿਆ, ਉਸ ਟਾਈਮ 'ਤੇ ਕੀ ਹੋਣਾ ਆ ਜਿਹੜੀ ਮੇਰੀ ਆਹ ਦੇਖੋ ਆਹ ਜਿਹੜਾ ਆਹ ਵਾਲੀ ਪਿਨੀਅਨ ਆ ਜਾਂ ਗਰਾਰੀ ਆ ਵੱਡੀ, ਇਹਨੇ ਕੀ ਕਰਨਾ ਇਹਨੇ ਮੂਵ ਹੋਣਾ। ਸੋ ਇਹ ਜਦੋਂ ਮੂਵ ਕੀਤੀ ਇਹਦੀ ਮੂਵਮੈਂਟ ਹੁਣ ਦੇਖੋ ਕੀ ਆ, ਇਹਦੀ ਮੂਵਮੈਂਟ ਹੈਗੀ ਆ ਐਂਟੀ ਕਲੋਕਵਾਈਜ਼। ਸੋ ਜਦੋਂ ਇਹਨੇ ਐਂਟੀ ਕਲੋਕਵਾਈਜ਼ ਮੂਵ ਕਰਨਾ ਤਾਂ ਜਿਹੜੀ ਪਿੰਨ ਆ ਇਹਨੇ ਵੀ ਐਂਟੀ ਕਲੋਕਵਾਈਜ਼ ਨਾਲ ਹੀ ਕੀ ਆ ਫਿਰ ਦੁਬਾਰਾ ਪੁਆਇੰਟਰ 'ਤੇ ਆ ਕੇ ਅਤੇ ਸੈੱਟ ਹੋ ਜਾਣਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੁੰਦਾ ਇਹ ਮੇਰਾ ਮਰਸ ਪ੍ਰਾਈਜ਼ ਇੰਡੀਕੇਟਰ ਕੰਮ ਕਰਦਾ। ਬੇਸਿਕ ਆ ਇਹ, ਬੇਸਿਕ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਆਪਾਂ ਬਹੁਤਾ ਡਿਟੇਲ 'ਚ ਨਹੀਂ ਇਹਦੇ ਬਾਰੇ ਜਾਣਾ। ਸੋ ਇਹਨੂੰ ਆਪਾਂ ਬਹੁਤ ਜ਼ਿਆਦਾ ਆਪਾਂ ਯੂਜ਼ ਵੀ ਨਹੀਂ ਕਰਦੇ ਅੱਜ ਕੱਲ੍ਹ ਦੇ ਟਾਈਮ 'ਤੇ, ਬਿਕੋਜ਼ ਇਹ ਬਹੁਤ ਕੰਪਲੀਕੇਟਡ ਸਿਸਟਮ ਸੀਗੇ ਇਹ, ਇਹਨਾਂ ਦੇ ਵਿੱਚ ਮਕੈਨੀਕਲ ਚੀਜ਼ਾਂ ਜ਼ਿਆਦਾ ਸੀ ਜਿਹਦੇ ਕਰਕੇ ਕੀ ਆ ਇਹਦੀ ਮੇਨਟੇਨੈਂਸ ਵੀ ਜ਼ਿਆਦਾ ਹੁੰਦੀ ਸੀਗੀ ਅਤੇ ਇਹ ਮਹਿੰਗੇ ਵੀ ਆਉਂਦੇ ਸੀਗੇ ਇੰਸਟਰੂਮੈਂਟ, ਅਤੇ ਇਹਨਾਂ ਦੇ ਵਿੱਚ ਐਰਰ ਦਾ ਵੀ ਖਤਰਾ ਕਿਤੇ ਨਾ ਕਿਤੇ ਰਹਿ ਜਾਂਦਾ ਸੀਗਾ ਜੇ ਤੁਸੀਂ ਇਹਦੀ ਮੇਨਟੇਨੈਂਸ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ। ਸੋ ਵਰਕਿੰਗ ਇਹਦੀ ਬਹੁਤ ਸਿੰਪਲ ਆ, ਸਿੰਪਲ ਆ। ਦੁਬਾਰਾ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦਾ ਕੀ ਹੁੰਦਾ, ਐਨਰਜੀ ਮੀਟਰ ਰੋਟੇਟ ਕੀਤਾ ਉਹਦੇ ਨਾਲ ਕੀ ਆ ਮੇਰੀ ਕੈਮ ਸ਼ਾਫਟ ਰੋਟੇਟ ਕੀਤੀ, ਠੀਕ ਆ। ਸੋ ਕੈਮ ਸ਼ਾਫਟ ਦੇ ਨਾਲ ਅੱਗੇ ਪਿਨੀਅਨ ਲੱਗਾ ਜਿਹਦੇ ਕਰਕੇ ਕੀ ਆ ਅੱਗੇ ਮੇਰਾ ਪੁਆਇੰਟਰ ਮੂਵ ਕਰਨਾ। ਸੋ ਪੁਆਇੰਟਰ ਜਿਹੜਾ ਮੇਰਾ ਮੂਵ ਕੀਤਾ ਉਹਦੇ ਨਾਲ ਹੀ ਆ ਦੇਖੋ ਇੱਕ ਪਿੰਨ ਲੱਗੀ ਆ, ਪਿੰਨ ਨੇ ਵੀ ਅੱਗੇ ਨੂੰ ਮੂਵ ਕਰਨਾ। ਸੋ ਜ਼ਿਆਦਾ ਅੱਗੇ ਪਿੰਨ ਨਾ ਜਾਵੇ ਇਸ ਕਰਕੇ ਆ ਦੇਖੋ ਇੱਕ ਸਪਰਿੰਗ ਵੀ ਲੱਗਾ ਹੋਇਆ ਜਿਹਨੂੰ ਆਪਾਂ ਕੰਟਰੋਲਿੰਗ ਟੋਰਕ ਵੀ ਕਹਿ ਸਕਦੇ ਹਾਂ ਪ੍ਰੋਵਾਈਡ ਕਰਾਉਣ ਵਾਸਤੇ। ਇਹ ਕੀ ਹੈ ਇੱਕ ਪਰਟੀਕੁਲਰ ਪੁਆਇੰਟ
ਪੁਆਇੰਟਰ ਨੇ ਇਹਨੂੰ ਹੋਰ ਅੱਗੇ ਲੈ ਜਾਣਾ ਅਤੇ ਡਿਮਾਂਡ ਜਿਹੜੀ ਹੋਰ ਇਨਕਰੀਜ਼ ਹੋ ਜਾਣੀ ਹੈ। ਬਟ ਜੇ ਆਪਾਂ ਕਹੀਏ ਵੀ ਡਿਮਾਂਡ ਨਹੀਂ ਹੈਗੀ ਮੈਕਸੀਮਮ, ਤੋਂ ਜਿੱਦਾਂ ਮੰਨ ਲਓ ਇਹ 8 ਕਿਲੋਵਾਟ ਆ ਜਿਹੜੀ ਮੈਕਸੀਮਮ ਡਿਮਾਂਡ ਆ, ਹੁਣ 4 ਕਿਲੋਵਾਟ ਡਿਮਾਂਡ ਆ ਗਈ ਹੈ ਤਾਂ ਪੁਆਇੰਟਰ ਜਿਹੜਾ ਆ ਹਾਫ ਤੱਕ ਮੂਵ ਕਰੂਗਾ, ਉੱਥੇ ਤੱਕ ਨਹੀਂ ਪਹੁੰਚੂਗਾ, ਬਟ ਪਿੰਨ ਜਿਹੜੀ ਆ ਉੱਥੇ ਹੀ ਰਹਿਣੀ ਆ। ਬਟ ਮੰਨ ਲਓ ਹੁਣ ਡਿਮਾਂਡ ਜਿਹੜੀ 8 ਕਿਲੋਵਾਟ ਤੋਂ 10 ਕਿਲੋਵਾਟ ਹੋ ਗਈ ਤਾਂ ਪੁਆਇੰਟਰ ਜਿਹੜਾ ਇਹਨੇ ਫਿਰ ਪਿੰਨ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਲੈ ਜਾਣਾ ਅਤੇ ਪਿੰਨ ਇੱਥੇ ਆ ਕੇ ਰੁਕ ਜਾਣੀ ਆ, ਠੀਕ ਆ। ਹੁਣ ਪਿੰਨ ਇੱਥੇ ਰੁਕ ਗਈ ਆ ਅਤੇ ਪੁਆਇੰਟਰ ਜਿਹੜਾ ਫਿਰ ਵਾਪਸ ਚਲੇ ਜਾਣਾ, ਅਤੇ 1/2 ਘੰਟੇ ਬਾਅਦ ਕੀ ਹੋਣਾ ਆ, ਜਿਹੜਾ ਮੇਰਾ ਬੈਲ ਕਰੈਂਕ ਆ ਇਹਨੇ ਕੀ ਕਰਨਾ, ਦੁਬਾਰਾ ਰੀਸੈਟ ਕਰਨਾ, ਰੀਸੈਟ ਕਰਨਾ ਗਰਾਰੀ ਜਿਹੜੀ ਆ ਇਹ ਕੀ ਆ, ਦੇਖੋ ਐਂਟੀ ਕਲੋਕਵਾਈਜ਼ ਘੁੰਮਣੀ, ਐਂਟੀ ਕਲੋਕਵਾਈਜ਼ ਜਦੋਂ ਇਹਨੇ ਰੋਟੇਟ ਹੋਣਾ ਜਿਹੜੀ ਪਿੰਨ ਇੱਥੇ ਹੋਊਗੀ ਉਹਨੇ ਦੁਬਾਰਾ ਵਾਪਸ ਆਪਣੀ ਪੋਜੀਸ਼ਨ 'ਤੇ ਆ ਜਾਣਾ। ਸੋ ਇੱਦਾਂ ਆਪਾਂ ਇਹਦੇ ਵਿੱਚ ਆਪਾਂ ਨੋਟ ਕਰਦੇ ਸੀਗੇ। ਸੋ ਟਾਈਮਿੰਗ ਜਿਹੜੀ ਆ ਉਹ ਡਿਪੈਂਡ ਕਰਦੀ ਹੈ, ਤੁਸੀਂ ਕਿੰਨੀ ਆਪਣੀ ਮਰਜ਼ੀ ਨਾਲ ਸੈੱਟ ਕਰ ਸਕਦੇ ਹੋ, ਮੰਨ ਲਓ 1/2 ਘੰਟਾ ਕਰਨੀ ਆ, 1/2 ਘੰਟਾ, ਹਾਫ ਐਨ ਆਵਰ ਕਰ ਲਓ, ਜਾਂ ਆਵਰਲੀ ਕਰਨੀ ਆਵਰਲੀ ਕਰ ਸਕਦੇ ਹੋ ਤੁਸੀਂ। ਸੋ ਇਹੀ ਇਹਦੀ ਕੰਸਟਰਕਸ਼ਨ ਅਤੇ ਵਰਕਿੰਗ ਸੀਗੀ, ਉਹੀ ਇੱਥੇ ਸਾਰਾ ਲਿਖਿਆ ਹੋਇਆ, ਤੁਸੀਂ ਇਹਨੂੰ ਨੋਟ ਕਰ ਲਿਓ ਆਪਣੀ ਨੋਟਬੁੱਕਸ ਦੇ ਉੱਪਰ। ਬਹੁਤ ਬੇਸਿਕ ਜਿਹੀ ਆ ਇਹ ਚੀਜ਼ ਜਿਹੜੀ ਆ ਆਪਣੇ ਕੋਲ, ਬਟ ਮਕੈਨੀਕਲ ਪਾਰਟ ਇਹਦੇ ਵਿੱਚ ਜਿਹੜੇ ਆ ਨਾ ਬਹੁਤ ਜ਼ਿਆਦਾ ਹੁੰਦੇ ਆ। ਸੋ ਨੈਕਸਟ ਆਪਾਂ ਇਹਦੀਆਂ ਐਡਵਾਂਟੇਜ ਡਿਸਐਡਵਾਂਟੇਜ ਜਿਹੜੀਆਂ ਸਟੱਡੀ ਕਰਦੇ ਹਾਂ। ਸੋ ਐਡਵਾਂਟੇਜ ਕੀ ਆ, ਫਸਟ ਕੀ ਐਡਵਾਂਟੇਜ, ਦਿਸ ਇੰਡੀਕੇਟਰ ਕੈਨ ਬੀ ਯੂਜ਼ ਟੂ ਰਿਕਾਰਡ ਆਈਦਰ ਮੈਕਸੀਮਮ ਕਰੰਟ ਔਰ ਪਾਵਰ, ਯਾਨੀ ਕਿ ਜਾਂ ਤਾਂ ਮੈਕਸੀਮਮ ਕਰੰਟ ਆਪਾਂ ਇਹਦੇ ਨਾਲ ਮੇਅਰ ਕਰ ਸਕਦੇ ਹਾਂ, ਜਾਂ ਮੈਕਸੀਮਮ ਪਾਵਰ ਮੇਅਰ ਕਰ ਸਕਦੇ ਹਾਂ। ਸੋ ਮੈਕਸੀਮਮ ਪਾਵਰ ਹੀ ਆਪਾਂ ਮੋਸਟਲੀ ਜਿਹੜੀ ਇਹਦੇ ਨਾਲ ਮੇਅਰ ਕਰਦੇ ਵੀ ਕਿੰਨਾ ਮੇਰਾ ਸਰਕਟ ਮੈਕਸੀਮਮ ਪਾਵਰ ਜਿਹੜੀ ਹੈ ਕੰਜ਼ਿਊਮ ਕਰਦਾ ਕਿਲੋਵਾਟ ਦੇ ਵਿੱਚ। ਨੈਕਸਟ ਸੈਕਿੰਡ ਇਹਦੀ ਜਿਹੜੀ ਐਡਵਾਂਟੇਜ ਆਪਾਂ ਨੇ ਆਪਣੇ ਕੋਲ ਆ ਜਾਂਦੀ ਆ ਉਹ ਇਹ ਆ ਕਿ ਇਨ ਦਿਸ ਇੰਡੀਕੇਟਰ ਇੰਡੀਕੇਸ਼ਨ ਇਨਕਰੀਜ਼ ਐਟ ਕੋਂਸਟੈਂਟ ਰੇਟ ਫੋਰ ਦਾ ਕੋਂਸਟੈਂਟ ਲੋਡ, ਦੇਅਰ ਫਿਰ ਇਟ ਸਕੇਲ ਇਜ਼ ਯੂਨੀ ਕੈਲੀਬਰੇਟਡ ਯੂਨੀਫਾਰਮਲੀ, ਯਾਨੀ ਕਿ ਜਿੱਦਾਂ ਜਿੱਦਾਂ ਮੇਰਾ ਲੋਡ ਇਨਕਰੀਜ਼ ਹੁੰਦਾ ਉਸ ਹਿਸਾਬ ਨਾਲ ਕੋਂਸਟੈਂਟ ਜਿਹੜੀ ਆ ਨਾ ਆਪਣੀ ਰੇਟਿੰਗ ਜਿਹੜੀ ਹੁੰਦੀ ਇਹਦੀ ਇਨਕਰੀਜ਼ ਹੁੰਦੀ ਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਕੇਲ ਆ ਇਹ ਯੂਨੀਫਾਰਮਲੀ ਜਿਹੜਾ ਆ ਕੈਲੀਬਰੇਟਡ ਆ, ਯਾਨੀ ਕਿ ਜਿੱਦਾਂ ਜਿੱਦਾਂ ਮੇਰੀ ਵੈਲਿਊ ਜਿਹੜੀ ਪਾਵਰ ਜਾਂ ਕਰੰਟ ਦੀ ਇਨਕਰੀਜ਼ ਹੁੰਦੀ ਆ ਉਸੇ ਜਿਹੜਾ ਯੂਨੀਫਾਰਮਿਟੀ ਦੇ ਵਿੱਚ ਜਿਹੜਾ ਇਹਦਾ ਪੁਆਇੰਟਰ ਆ ਜਾਂ ਜਿਹੜੀ ਦੀ ਪਿੰਨ ਆ ਉਹ ਮੂਵ ਕਰਦੀ ਹੈ। ਸੋ ਮਰਜ਼ ਪ੍ਰਾਈਜ਼ ਇੰਡੀਕੇਟਰ ਦੀ ਥਰਡ ਜਿਹੜੀ ਐਡਵਾਂਟੇਜ ਹੋਇਆ ਕਿ ਇਟ ਇਜ਼ ਮੋਰ ਐਕੂਰੇਟ, ਕਿਹਦੇ ਕੰਪੈਰੀਜ਼ਨ ਦੇ ਵਿੱਚ, ਵੈਸੇ ਤਾਂ ਇੰਨੇ ਐਕੂਰੇਟ ਨਹੀਂ ਬਟ ਕਿਹਦੇ ਕੰਪੈਰੀਜ਼ਨ 'ਚ, ਉਹ ਰਾਈਟ ਡਿਮਾਂਡ ਇੰਡੀਕੇਟਰ ਦੇ ਕੰਪੈਰੀਜ਼ਨ 'ਚ ਕਹਿ ਰਿਹਾ ਕਿ ਜਿਹੜੇ ਇਹ ਵਾਲੇ ਇੰਡੀਕੇਟਰ ਹੁੰਦੇ ਆ ਇਹ ਐਕੂਰੇਟ ਹੁੰਦੇ ਆ। ਸੋ ਡਿਸਐਡਵਾਂਟੇਜ ਕੀ ਆ, ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਸੀ ਹਟਿਆ ਸੀ ਕਿ ਇਟ ਇਜ਼ ਮੋਰ ਐਕਸਪੈਂਸਿਵ ਦੈਨ ਅਦਰ ਟਾਈਪ ਆਫ ਇੰਡੀਕੇਟਰ। ਕਿਉਂ ਐਕਸਪੈਂਸਿਵ ਆ, ਬਿਕੋਜ਼ ਇਹਦੇ ਵਿੱਚ ਬਹੁਤ ਸਾਰੇ ਮਕੈਨੀਕਲ ਪਾਰਟਸ ਹੁੰਦੇ ਆ, ਬਹੁਤ ਸਾਰੀਆਂ ਪਿਨੀਅਨਸ ਹੁੰਦੀਆਂ ਜਿਹਨਾਂ ਨੂੰ ਬਣਾਉਣ ਦੇ ਵਿੱਚ ਖਰਚਾ ਵੀ ਆਉਂਦਾ ਆ। ਦੈਨ ਇਹਦੇ ਵਿੱਚ ਅਡੀਸ਼ਨਲ ਇਹ ਇਕਵਿਪਮੈਂਟ ਆ ਜਿਹਨੂੰ ਆਪਾਂ એનર્ਜੀ ਮੀਟਰ ਦੇ ਨਾਲ ਵੀ ਅਟੈਚ ਕਰਨਾ ਪੈਂਦਾ ਅੱਗੇ। ਸੋ ਇਸ ਕਰਕੇ ਐਕਸਪੈਂਸਿਵ ਵੀ ਆ, ਇਹਦੀ ਮੇਨਟੇਨੈਂਸ ਵੀ ਆਪਾਂ ਨੂੰ ਜ਼ਿਆਦਾ ਕਰਨੀ ਪੈਂਦੀ ਆ, ਜਿਹਦੇ ਕਰਕੇ ਅੱਜ ਕੱਲ੍ਹ ਦੇ ਟਾਈਮ 'ਤੇ ਜਿਹੜਾ ਆ ਇਹ ਇੰਡੀਕੇਟਰ ਜਿਹੜੇ ਆ ਇੰਨੇ ਜ਼ਿਆਦਾ ਯੂਜ਼ ਦੇ ਵਿੱਚ ਜਿਹੜੇ ਆ ਨਹੀਂ ਆ। ਵੈਸੇ ਵੀ ਅੱਜ ਕੱਲ੍ਹ ਇਲੈਕਟ੍ਰੋਨਿਕਸ ਆਪਣੇ ਕੋਲ ਜਿਹੜੇ ਆ એનર્ਜੀ ਮੀਟਰ ਆਏ ਆ ਅਤੇ ਉਹੀ ਜਿਹੜੇ ਆ ਜ਼ਿਆਦਾ ਯੂਜ਼ ਹੁੰਦੇ ਆ, ਉਹਨਾਂ ਦੇ ਵਿੱਚ ਹੀ ਸਾਰਾ ਕੁਝ ਹੁੰਦਾ। ਆਪਾਂ એનર્ਜੀ ਜਿਹੜੀ ਟਾਈਮਲੀ ਕੰਜ਼ਿਊਮ ਕਰਦੇ ਹਾਂ ਨਾ, ਟੀ ਓ ਡੀ ਰੀਡਿੰਗਸ ਜਿਨ੍ਹਾਂ ਨੂੰ ਕਹਿ ਦਿੰਦੇ, ਉਹ ਵੀ ਅੱਜ ਕੱਲ੍ਹ ਤਾਂ ਮੀਟਰਸ ਦੇ ਵਿੱਚ ਆ ਰਹੀਆਂ, ਕੇ ਵੀ ਏ ਰੇਟਿੰਗ, ਕਿਲੋ ਵਾਟ, ਕੇ ਡਬਲਿਊ ਐਚ, ਸਭ ਕੁਝ ਆਪਾਂ ਜਿਹੜਾ ਇੱਕੋ ਮੀਟਰ ਦੇ ਵਿੱਚੋਂ ਦੇਖ ਸਕਦੇ ਹਾਂ। ਦੈਨ ਲਾਸਟ ਜਿਹੜਾ ਆ ਇਸ એનર્ਜੀ ਮੀਟਰ ਵਾਲੇ ਚੈਪਟਰ ਦਾ ਆਪਣਾ ਟੋਪਿਕ ਆ, ਉਹ ਹੈਗਾ ਆ ਡਿਫਰੈਂਸ ਬਿਟਵੀਨ ਵਾਟ ਮੀਟਰ ਐਂਡ એનર્ਜੀ ਮੀਟਰ। ਸੋ ਵਾਟ ਮੀਟਰ ਅਤੇ એનર્ਜੀ ਮੀਟਰ ਜਿਹੜਾ ਆ ਇਹ ਦੋਨੋਂ ਹੈ ਤਾਂ ਬੇਸਿਕ ਚੀਜ਼ਾਂ ਹੀ ਆ, ਤੁਸੀਂ ਪੜ੍ਹ ਹੀ ਲਈਆਂ ਲਾਸਟ ਚੈਪਟਰ। ਇਸ ਤੋਂ ਪਹਿਲਾਂ ਵਾਲਾ ਜਿਹੜਾ ਚੈਪਟਰ ਸੀ ਉਹ 'ਚ ਆਪਾਂ ਵਾਟ ਮੀਟਰ ਦੀ ਸਟੱਡੀ ਕੀਤਾ ਸੀ, ਦੈਨ ਇਹ ਚੈਪਟਰ એનર્ਜੀ ਮੀਟਰ ਦਾ ਸੀ। ਸਭ ਤੋਂ ਪਹਿਲਾਂ ਜਿਹੜਾ ਡਿਫਰੈਂਸ ਆ ਉਹ ਇਹ ਆ ਕਿ ਵਾਟ ਮੀਟਰ ਜਿਹੜਾ ਹੁੰਦਾ ਇੰਡੀਕੇਟਿੰਗ ਇੰਸਟਰੂਮੈਂਟ ਹੁੰਦਾ ਅਤੇ એનર્ਜੀ ਮੀਟਰ ਕੀ ਹੁੰਦਾ ਇੰਟੈਗਰੇਟਿੰਗ। ਫਰਕ ਕੀ ਹੈ ਇੰਡੀਕੇਟਿੰਗ ਅਤੇ ਇੰਟੈਗਰੇਟਿੰਗ 'ਚ, ਦੇਖੋ ਆ ਫਿਗਰ ਇਮੇਜ ਸ਼ੋ ਹੋ ਰਹੀ ਆ, ਇਹਦੇ ਵਿੱਚ ਕੀ ਆ ਇੱਕ ਪੁਆਇੰਟਰ ਆ ਜਿਹੜਾ ਇੱਕ ਸਕੇਲ 'ਤੇ ਮੂਵ ਕਰਦਾ, ਦੈਨ ਜਦੋਂ ਆਪਾਂ ਰੀਡਿੰਗ ਦੇਖ ਲਈ ਜਾਂ ਸਪਲਾਈ ਬੰਦ ਕਰਤੀ ਪੁਆਇੰਟਰ ਜਿਹੜਾ ਵਾਪਸ ਜ਼ੀਰੋ 'ਤੇ ਆ ਜਾਣਾ। ਸੋ ਇਹ ਜਿਹੜੇ ਇੰਸਟਰੂਮੈਂਟ ਹੁੰਦੇ ਇੰਡੀਕੇਟਿੰਗ ਇੰਸਟਰੂਮੈਂਟ ਹੁੰਦੇ, ਯਾਨੀ ਕਿ ਇਹ ਇੰਸਟੈਂਟੇਨੀਅਸ ਵੈਲਿਊ ਨੂੰ ਇੰਡੀਕੇਟ ਕਰਦੇ ਆ। ਸੋ ਇਹਨੇ ਵੀ ਇਹਨੂੰ ਜੇ ਮੈਂ ਸਰਕਟ ਦੇ ਵਿੱਚ ਲਗਾਊਂਗਾ ਤਾਂ ਇਹਨੇ ਕੀ ਕਰਨਾ ਮੌਕੇ 'ਤੇ ਦੱਸ ਦੇਣਾ ਮੈਨੂੰ ਵੀ 20 ਕਿਲੋਵਾਟ ਲੋਡ ਚੱਲਿਆ, ਜਦੋਂ ਮੈਂ ਬੰਦ ਕਰਤਾ ਆਪਣਾ ਸਰਕਟ ਤਾਂ ਇਹਨੇ ਕੀ ਹੋਣਾ ਪੁਆਇੰਟਰ ਨੇ ਵਾਪਸ ਆ ਜਾਣਾ। ਇਹਨੇ ਕੁਛ ਵੀ ਰਿਕਾਰਡ ਨਹੀਂ ਕਰਨਾ, ਇਹਨੇ ਮੈਨੂੰ ਇਹ ਨਹੀਂ ਦੱਸਣਾ ਕਿ ਲਾਈਟ ਬੰਦ ਹੋਣ ਤੋਂ ਪਹਿਲਾਂ ਜਿਹੜੀ ਰੀਡਿੰਗ ਸੀ ਉਹ ਕਿੰਨੀ ਸੀ। ਸੋ ਇਹ ਇੰਡੀਕੇਟਿੰਗ ਇੰਸਟਰੂਮੈਂਟਸ ਹੁੰਦੇ ਆ, ਵਾਟ ਮੀਟਰ ਇੰਡੀਕੇਟਿੰਗ ਹੁੰਦੇ ਆ। ਦੈਨ ਮੇਰੇ ਕੋਲ ਆ ਜਾਂਦਾ ਆ એનર્ਜੀ ਮੀਟਰ। ਸੋ એનર્ਜੀ ਮੀਟਰ ਕੀ ਆ, ਇਹ ਇੰਟੈਗਰੇਟਿੰਗ ਇੰਸਟਰੂਮੈਂਟਸ ਆ। ਇੰਟੈਗਰੇਟਿੰਗ ਦਾ ਮਤਲਬ ਆ, ਦੇਖੋ ਡਾਇਗ੍ਰਾਮ ਬਣਿਆ ਆ ਮੇਰੇ ਕੋਲ એનર્ਜੀ ਮੀਟਰ ਦਾ। એનર્ਜੀ ਮੀਟਰ ਜਿਹੜਾ ਹੁੰਦਾ ਇੰਟੈਗਰੇਟਿੰਗ ਹੁੰਦਾ, ਮੀਨਸ ਕਿ ਜਿਹੜੀ ਪੁਰਾਣੀ ਤੁਹਾਡੀ ਰੀਡਿੰਗ ਹੈ ਇਹਨੂੰ ਵੀ ਰਿਕਾਰਡ ਕਰਦਾ। ਸੋ એનર્ਜੀ ਮੀਟਰ ਆ ਦੇਖੋ ਇਹਦੇ ਵਿੱਚ ਕੀ ਆ, ਆਪਣੇ ਕੋਲ ਇੱਕ ਐਲੂਮੀਨੀਅਮ ਦੀ ਡਿਸਕ ਆ ਜਿਹੜੀ ਰੋਟੇਟ ਕਰਦੀ ਆ, ਅਤੇ ਕੰਟੀਨਿਊਸਲੀ ਜਿਹੜੀ ਇਹਦੀ ਰਿਕਾਰਡਿੰਗ ਮਕੈਨਿਜ਼ਮ ਆਏ ਦਾ ਉਹਦੇ ਉੱਪਰ ਕੀ ਆ ਰਿਕਾਰਡ ਹੁੰਦੀ ਰਹਿੰਦੀ ਆ ਜਿਹੜੀ એનર્ਜੀ ਕੰਜ਼ਿਊਮ ਹੋਈ ਆ। ਸੋ ਇਹ ਜਿਹੜੀ ਆ ਹੁਣ ਮੰਨ ਲਓ ਆਪਣੇ ਕੋਲ 5 ਕਿਲੋਵਾਟ એનર્ਜੀ ਜਿਹੜੀ ਸੋਰੀ 5 ਯੂਨਿਟਸ ਚੱਲੀਆਂ ਆ, ਜਾਂ 5 ਕਿਲੋਵਾਟ ਆਵਰ એનર્ਜੀ ਚੱਲੀ ਆ, ਅਤੇ ਜੇ ਨੈਕਸਟ ਡੇ ਦੇਖਾਂਗੇ ਤਾਂ ਉਹ 10 ਕਿਲੋਵਾਟ ਆਵਰ ਹੋਊਗੀ, ਦੈਨ ਉਹ 15 ਕਿਲੋਵਾਟ ਆਵਰ। ਟਾਈਮ ਟੂ ਟਾਈਮ ਜਿੱਦਾਂ
ਇਲੈਕਟ੍ਰੀਕਲ ਪਾਵਰ, ਔਨ ਅਦਰ ਹੈਂਡ ਐਨਰਜੀ ਮੀਟਰ ਇਟ ਮੇਅਰਸ ਇਲੈਕਟ੍ਰੀਕਲ ਐਨਰਜੀ। ਸੋ ਵਾਟ ਮੀਟਰ ਜਿਹੜਾ ਹੁੰਦਾ ਇੰਸਟੈਂਟੇਨੀਅਸ ਇਲੈਕਟ੍ਰੀਕਲ ਪਾਵਰ ਆਪਾਂ ਨੂੰ ਜਿਹੜਾ ਆ ਦੱਸ ਦਿੰਦਾ ਕਿ ਕਿੰਨੀ ਪਾਵਰ ਤੁਹਾਡੇ ਸਰਕਟ ਦੇ ਵਿੱਚ ਹੋਈ ਆ, ਕਿਲੋ ਵਾਟ। ਠੀਕ ਹੈ, ਇਲੈਕਟ੍ਰੀਕਲ ਪਾਵਰ ਕੀ ਹੈ? ਕਿਲੋ ਵਾਟ। ਅਤੇ ਜਿਹੜਾ ਐਨਰਜੀ ਮੀਟਰ ਆ ਉਹ ਕੀ ਕਰਦਾ? ਇਟ ਮੇਅਰਸ ਇਲੈਕਟ੍ਰੀਕਲ ਐਨਰਜੀ ਸੀਗਾ। ਸੋ ਇਲੈਕਟ੍ਰੀਕਲ ਪਾਵਰ ਅਤੇ ਐਨਰਜੀ ਦੋਨਾਂ ਦੇ ਯੂਨਿਟ 'ਚ ਫਰਕ ਹੁੰਦਾ। ਇਲੈਕਟ੍ਰੀਕਲ ਪਾਵਰ ਦੇ ਯੂਨਿਟ ਹੁੰਦੇ ਆ ਕਿਲੋ ਵਾਟ, ਐਂਡ ਇਲੈਕਟ੍ਰੀਕਲ ਜਿਹੜੀ ਐਨਰਜੀ ਹੁੰਦੀ ਹੈ ਹੁੰਦੀ ਹੈ ਕਿਲੋ ਵਾਟ ਆਵਰਸ, ਯਾਨੀ ਕਿ ਕਿੰਨੀ ਐਨਰਜੀ ਕੰਜ਼ਿਊਮ ਕੀਤੀ, ਜਾਂ ਫਿਰ ਇਲੈਕਟ੍ਰੀਕਲ ਪਾਵਰ ਦਾ ਹੁੰਦਾ ਵੀ ਕਿੰਨੀ ਪਾਵਰ ਜਿਹੜੀ ਆਪਣੇ ਕੋਲ ਕੰਜ਼ਿਊਮ ਹੋਈ। ਨੈਕਸਟ ਕੀ ਆ ਆਪਣੇ ਕੋਲ ਡਿਫਰੈਂਸ? ਵਾਟ ਮੀਟਰ ਇਟ ਕੰਟੇਨ ਗ੍ਰੈਜੂਏਟਿਡ ਸਕੇਲ ਟੂ ਮੇਅਰ ਇਲੈਕਟ੍ਰੀਕਲ ਕੁਆਂਟਿਟੀ ਐਟ ਐਨ ਇੰਸਟੈਂਟ। ਠੀਕ ਹੈ, ਸੋ ਇਹਦਾ ਗ੍ਰੈਜੂਏਟਿਡ ਸਕੇਲ ਹੁੰਦਾ ਆ, ਅਤੇ ਇੱਕ ਪਰ ਇੰਸਟੈਂਟ ਦੇ ਉੱਪਰ ਆਪਾਂ ਯਾਨੀ ਕਿ ਇੰਸਟੈਂਟੇਨੀਅਸ ਵੈਲਿਊ ਜਿਹੜੀ ਆ ਆਪਾਂ ਇਲੈਕਟ੍ਰੀਕਲ ਕੁਆਂਟਿਟੀ ਦੀ ਦੇਖ ਸਕਦੇ ਹਾਂ। ਦੈਨ ਜੇ ਆਪਾਂ ਐਨਰਜੀ ਮੀਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੁੰਦਾ? ਇਹ 'ਚ ਰਿਕਾਰਡਿੰਗ ਮਕੈਨਿਜ਼ਮ ਲੱਗਾ ਹੁੰਦਾ ਜਿਹੜਾ ਕਿ ਰਿਕਾਰਡ ਕਰਦਾ ਰਹਿੰਦਾ ਇਲੈਕਟ੍ਰੀਕਲ ਐਨਰਜੀ ਨੂੰ ਗਿਵਨ ਟਾਈਮ ਆਫ ਪੀਰੀਅਡ, ਯਾਨੀ ਕਿ ਇੱਕ ਇਹਨੇ ਜਿਹੜਾ ਨਾ ਕੰਟੀਨਿਊਸਲੀ ਰਿਕਾਰਡ ਕਰਨਾ ਹੁੰਦਾ ਡੇ ਬਾਈ ਡੇ ਜਿਹੜਾ ਮੇਰਾ ਐਨਰਜੀ ਮੀਟਰ ਆਏ ਨੇ। ਸੋ ਇਹਦੇ ਵਿੱਚ ਕੀ ਹੁੰਦਾ? ਰਿਕਾਰਡਿੰਗ ਮਕੈਨਿਜ਼ਮ ਹੁੰਦਾ। ਨੈਕਸਟ ਵਾਟ ਮੀਟਰ 'ਚ ਕੀ ਹੁੰਦਾ? ਆਪਣੇ ਕੋਲ ਕੰਟਰੋਲਿੰਗ ਟੋਰਕ ਹੁੰਦਾ, ਕਿਉਂਕਿ ਹੁਣ ਦੇ ਕੰਟਰੋਲਿੰਗ ਟੋਰਕ ਕੀ ਹੁੰਦਾ ਕਿ ਜਦੋਂ ਮੇਰਾ ਪੁਆਇੰਟਰ ਮੂਵ ਹੋਇਆ, ਮੰਨ ਲਓ 20 ਕਿਲੋ ਵਾਟ ਐਨਰਜੀ ਜਿਹੜੀ ਕੰਜ਼ਿਊਮ ਹੋ ਰਹੀ ਆ, ਤਾਂ ਪੁਆਇੰਟਰ 20 ਕਿਲੋ ਵਾਟ 'ਤੇ ਰੁਕਣਾ ਚਾਹੀਦਾ। ਸੋ ਇਹ ਰੁਕ ਜਾਵੇ, ਇਸੇ ਕਰਕੇ ਆਪਾਂ ਕੀ ਆ ਕੰਟਰੋਲਿੰਗ ਟੋਰਕ ਪ੍ਰੋਵਾਈਡ ਕੀਤਾ ਹੁੰਦਾ। ਜੇ ਕੰਟਰੋਲਿੰਗ ਟੋਰਕ ਨਹੀਂ ਹੋਊਗਾ ਤਾਂ ਪੁਆਇੰਟਰ ਜਿਹੜਾ ਆ ਅੱਗੇ ਵੀ ਜਾ ਸਕਦਾ। ਠੀਕ ਆ, ਅਤੇ ਜਦੋਂ ਸਪਲਾਈ ਬੰਦ ਹੋ ਗਈ ਪੁਆਇੰਟਰ ਨੇ ਆਪਣੀ ਜ਼ੀਰੋ ਪੋਜੀਸ਼ਨ 'ਤੇ ਵਾਪਸ ਵੀ ਨਹੀਂ ਆਉਣਾ। ਸੋ ਇਸ ਕਰਕੇ ਆਪਾਂ ਜਿਹੜਾ ਆ ਕੰਟਰੋਲਿੰਗ ਟੋਰਕ ਪ੍ਰੋਵਾਈਡ ਕਰਵਾਇਆ ਹੁੰਦਾ। ਸੋ ਇੱਥੇ ਲੋਡ ਪੈਂਦੀ ਆ ਆਪਾਂ ਨੂੰ ਕੰਟਰੋਲਿੰਗ ਟੋਰਕ ਦੀ। ਸੋ ਇਟ ਹੈਜ਼ ਆ ਡਿਵਾਈਸ ਵਿੱਚ ਪ੍ਰੋਵਾਈਡ ਕੰਟਰੋਲਿੰਗ ਟੋਰਕ। ਸੋ ਇਹਦੇ ਵਿੱਚ ਕੀ ਆ, ਕੰਟਰੋਲਿੰਗ ਟੋਰਕ ਪ੍ਰੋਵਾਈਡ ਕਰਨ ਵਾਸਤੇ ਆਪਾਂ ਡਿਵਾਈਸ ਲਾਈ ਹੋਊਗੀ। ਮੋਸਟਲੀ ਆਪਾਂ ਸਪਰਿੰਗ ਹੀ ਯੂਜ਼ ਕਰਦੇ ਹਾਂ ਕੰਟਰੋਲਿੰਗ ਟੋਰਕ ਪ੍ਰੋਵਾਈਡ ਕਰਾਉਣ ਵਾਸਤੇ ਬ੍ਰੋਨਜ਼ 'ਤੇ। ਬਟ ਔਨ ਅਦਰ ਹੈਂਡ ਜੇ ਮੈਂ ਐਨਰਜੀ ਮੀਟਰ ਦੀ ਗੱਲ ਕਰਾਂ, ਇਟ ਰਿਕੁਆਇਰਸ ਨੋ ਕੰਟਰੋਲਿੰਗ ਟੋਰਕ, ਕਿਉਂਕਿ ਦੇਖੋ ਇਹਦੇ ਵਿੱਚ ਕੀ ਆ, ਮੇਰੀ ਨੀਡ ਹੈ ਕਿ ਪੁਆਇੰਟਰ ਇੱਕ ਜਗ੍ਹਾ 'ਤੇ ਰੁਕ ਜਾਵੇ ਜਾ ਕੇ, ਅਤੇ ਜਦੋਂ ਮੈਂ ਸਿਸਟਮ ਨੂੰ ਬੰਦ ਕਰਾਂ ਪੁਆਇੰਟਰ ਵਾਪਸ ਆ ਜਾਵੇ। ਬਟ ਐਨਰਜੀ ਮੀਟਰ 'ਚ ਮੇਰੀ ਕੋਈ ਇੱਦਾਂ ਦੀ ਨੀਡ ਨਹੀਂ ਆ। ਐਨਰਜੀ ਮੀਟਰ 'ਚ ਤਾਂ ਮੈਨੂੰ ਇਹ ਚਾਹੀਦਾ ਕਿ ਕੰਟੀਨਿਊਸਲੀ ਡਿਸਕ ਰੋਟੇਟ ਕਰੇ ਅਤੇ ਕੰਟੀਨਿਊਸਲੀ ਜਿਹੜੀ ਆ ਮੇਰੇ ਕੋਲ ਰੀਡਿੰਗ ਆਈ ਜਾਵੇ। ਸੋ ਉਸ ਪਰਪਸ ਵਾਸਤੇ ਹੀ ਆਪਾਂ ਜਿਹੜਾ ਕੀ ਕੀਤਾ ਹੁੰਦਾ, ਇੱਥੇ ਕੋਈ ਵੀ ਕੰਟਰੋਲਿੰਗ ਟੋਰਕ ਪ੍ਰੋਵਾਈਡ ਨਹੀਂ ਕਰਵਾਇਆ ਹੁੰਦਾ, ਕਿਉਂਕਿ ਜੇ ਇੱਥੇ ਕੰਟਰੋਲਿੰਗ ਟੋਰਕ ਪ੍ਰੋਵਾਈਡ ਕਰਵਾ ਦਈਏ ਆਪਣੀ ਡਿਸਕ ਜਿਹੜੀ ਰੋਟੇਟ ਨਹੀਂ ਹੋਣੀ। ਸੋ ਇਸ ਕਰਕੇ ਇੱਥੇ ਕੀ ਹੈ, ਕੰਟਰੋਲਿੰਗ ਟੋਰਕ ਪ੍ਰੋਵਾਈਡ ਆਪਾਂ ਕਰਵਾਇਆ ਹੁੰਦਾ ਐਨਰਜੀ ਮੀਟਰ ਦੇ ਵਿੱਚ। ਨੈਕਸਟ ਮੈਂ ਡਿਫਰੈਂਸ ਦੀ ਗੱਲ ਕਰਾਂ। ਨੈਕਸਟ ਜਿਹੜਾ ਆਪਣੇ ਕੋਲ ਡਿਫਰੈਂਸ ਆ ਉਹ ਆ ਕਿ ਵਾਟ ਮੀਟਰ ਇੰਡੀਕੇਟਸ ਦਾ ਪਾਵਰ ਕੰਜ਼ਿਊਮਡ ਬਾਏ ਆ ਸਰਕਟ ਐਟ ਪਰਟੀਕੁਲਰ ਇੰਸਟੈਂਟ। ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇੱਕ ਪਰਟੀਕੁਲਰ ਇੰਸਟੈਂਟ ਦੇ ਉੱਪਰ ਮੇਰੀ ਕਿੰਨੀ ਪਾਵਰ ਕੰਜ਼ਿਊਮ ਹੋਈ, ਉਹ ਮੈਨੂੰ ਦੱਸਣਾ ਕਿਨੇ? ਵਾਟ ਮੀਟਰ ਨੇ, ਇੱਕ ਪਰਟੀਕੁਲਰ ਇੰਸਟੈਂਟ 'ਤੇ। ਦੈਨ ਮੇਰੇ ਕੋਲ ਐਨਰਜੀ ਮੀਟਰ ਦੇ ਵਿੱਚ ਕੀ ਆ, ਇਹ ਐਡਅਪ ਕਰਦਾ ਰਹਿੰਦਾ ਐਨਰਜੀ ਕੰਜ਼ਿਊਮ ਬਾਏ ਸਰਕਟ ਇਨ ਅ ਗਿਵਨ ਟਾਈਮ ਆਫ ਪੀਰੀਅਡ, ਯਾਨੀ ਕਿ ਤੁਹਾਡਾ ਜਿਹੜਾ ਘਰਾਂ ਦੇ ਵਿੱਚ 20 ਮੀਟਰ ਲੱਗੇ ਹੁੰਦੇ ਆ, ਐਨਰਜੀ ਮੀਟਰ ਹੀ ਹੁੰਦੇ ਆ ਉਹ। ਸੋ ਇਹ ਕੀ ਕਰਦੇ ਆ, ਐਨਰਜੀ ਜਿਹੜੀ ਕੰਜ਼ਿਊਮ ਕੀਤੀ ਹੁੰਦੀ ਆ ਸਰਕਟ ਨੇ, ਉਹਨੂੰ ਐਡਅਪ ਕਰਦੇ ਰਹਿੰਦੇ ਆ। ਸੋ ਇਹ ਜਿਹੜੇ ਆ ਮੇਨ ਪੰਜ ਜਿਹੜੇ ਆ ਡਿਫਰੈਂਸਿਸ ਹੁੰਦੇ ਆ ਵਾਟ ਮੀਟਰ ਅਤੇ ਐਨਰਜੀ ਮੀਟਰ ਦੇ ਵਿੱਚ। ਸੋ ਦੁਬਾਰਾ ਵੀ ਆਪਾਂ ਡਿਸਕਸ ਕਰ ਲਈਏ ਇੰਡੀਕੇਟਿੰਗ ਇੰਸਟਰੂਮੈਂਟ ਅਤੇ ਇੰਟੈਗਰੇਟਿੰਗ। ਇੰਡੀਕੇਟਿੰਗ ਦਾ ਤੁਹਾਨੂੰ ਪਤਾ, ਜਿਹੜੇ ਇੰਡੀਕੇਟ ਕਰਦੇ ਆ ਇੰਸਟੈਂਟੇਨੀਅਸ ਵੈਲਿਊ, ਇੰਟੈਗਰੇਟਿੰਗ ਜਿਹੜੇ ਆ ਰਿਕਾਰਡ ਕਰਦੇ ਰਹਿੰਦੇ ਆ। ਬਾਕੀ ਇਹ ਕਿਲੋ ਵਾਟ ਮੇਅਰ ਕਰਦਾ ਆ, ਜਿਹੜਾ ਵਾਟ ਮੀਟਰ ਹੁੰਦਾ, ਜਿਹੜਾ ਐਨਰਜੀ ਮੀਟਰ ਆ ਇਹ ਕਿਲੋ ਵਾਟ ਆਵਰਸ ਮੇਅਰ ਕਰਦਾ ਆ, ਯਾਨੀ ਕਿ ਕਿੰਨੇ ਘੰਟਿਆਂ 'ਚ ਕਿੰਨੇ ਕਿਲੋ ਵਾਟ ਚੱਲੇ, ਰਿਕਾਰਡ ਕਰਦਾ ਰਹਿੰਦਾ ਨਾਲ ਦੀ ਨਾਲ। ਦੈਨ ਇਹਦੇ ਵਿੱਚ ਗ੍ਰੈਜੂਏਟਿਡ ਸਕੇਲ ਹੁੰਦਾ ਆ, ਜਿਹੜਾ ਇੰਸਟੈਂਟ ਕੁਆਂਟਿਟੀ ਮੇਅਰ ਕਰਦਾ। ਇਹਦੇ ਵਿੱਚ ਰਿਕਾਰਡਿੰਗ ਮੈਨੀਜ਼ਮ ਹੁੰਦਾ, ਜਿਹੜਾ ਰਿਕਾਰਡ ਕਰਦਾ ਰਹਿੰਦਾ। ਦੈਨ ਇਹ 'ਚ ਕੰਟਰੋਲਿੰਗ ਟੋਰਕ ਦੀ ਲੋੜ ਹੁੰਦੀ ਹੈ, ਇਹ 'ਚ ਕੰਟਰੋਲਿੰਗ ਟੋਰਕ ਦੀ ਲੋੜ ਨਹੀਂ ਹੁੰਦੀ, ਇਸ ਕਰਕੇ ਪ੍ਰੋਵਾਈਡ ਹੀ ਨਹੀਂ ਕਰਵਾਉਂਦੇ। ਦੈਨ ਕੀ ਆ, ਪਾਵਰ ਕੰਜ਼ਿਊਮਡ ਬਾਏ ਸਰਕਟ ਦੱਸਦਾ ਪਰਟੀਕੁਲਰ ਇੰਸਟੈਂਟ 'ਤੇ, ਦੇ ਜਿਹੜਾ ਐਨਰਜੀ ਮੀਟਰ ਆ ਇਹ ਐਡਅਪ ਕਰਦਾ ਆਪਾਂ ਨੂੰ, ਐਨਰਜੀ ਐਡਅਪ ਕਰਕੇ ਦੱਸਦਾ। ਸੋ ਇਹ ਆਪਣਾ ਜਿਹੜਾ ਸੀਗਾ ਐਨਰਜੀ ਮੀਟਰ ਦਾ ਸੀਗਾ ਚੈਪਟਰ। ਇਹਦੇ ਮੈਂ ਤੁਹਾਨੂੰ ਜਿਹੜੇ ਸਲਾਈਡਸ ਹੈਗੀਆਂ ਇਹ ਤੁਹਾਨੂੰ ਮੈਂ ਕਰ ਦੂੰਗਾ, ਗੂਗਲ ਡਰਾਈਵ ਦੇ ਵਿੱਚ ਪਾ ਦੂੰਗਾ ਜਾਂ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਪ੍ਰੋਵਾਈਡ ਕਰਵਾ ਦੇਵਾਂਗੇ। ਬਾਕੀ ਦੇਖੋ ਇੰਨਾ ਜਿਹੜਾ ਕੰਟੈਂਟ ਹੁੰਦਾ ਇਹ ਖੁਦ ਟਾਈਪ ਕਰਨ ਦਾ ਜਾਂ ਖੁਦ ਤੁਹਾਨੂੰ ਸਲਾਈਡਸ ਦੇ ਵਿੱਚ ਪਾਉਣ ਦਾ ਇਹੀ ਹੈ ਕਿ ਕਈ ਬੱਚੇ ਸਟੂਡੈਂਟਸ ਜਿਹੜੇ ਉਹਨਾਂ ਕੋਲ ਬੁੱਕਸ ਜਿਹੜੀਆਂ ਨਹੀਂ ਹੁੰਦੀਆਂ, ਤੋ ਜਾਂ ਬੁੱਕਸ ਨਹੀਂ ਲੈ ਸਕਦੇ ਕਿਸੇ ਵਜ੍ਹਾ ਕਰਕੇ। ਬਾਕੀ ਜੇ ਨੀਡ ਹੁੰਦੀ ਸਾਡੇ ਕੋਲ ਬੁੱਕਸ ਵੀ ਮੰਗ ਸਕਦੇ ਹਾਂ ਤੁਸੀਂ, ਬਟ ਜੇ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜਿਹੜਾ ਆ ਆਪਣੀ ਸਲਾਈਡਸ ਤੋਂ ਹੀ ਆਪਣੇ ਜਿਹੜੇ ਆ ਨੋਟਸ ਤਿਆਰ ਕਰ ਸਕਦੇ ਹਾਂ। ਇਸੇ ਕਰਕੇ ਜਿਹੜਾ ਹੁੰਦਾ ਨਾ ਥੋੜ੍ਹਾ ਅਸੀਂ ਮੈਟਰ ਜ਼ਿਆਦਾ ਹੀ ਸਲਾਈਡਸ ਦੇ ਵਿੱਚ ਰੱਖਦੇ ਹਾਂ ਤਾਂ ਕਿ ਸਟੂਡੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਜੇ ਬੁੱਕਸ ਨਹੀਂ ਵੀ ਹੈਗੀ ਤਾਂ ਵੀ ਜਿਹੜਾ ਆ ਸਫੀਸ਼ੈਂਟ ਜਿਹੜੇ ਆ ਉਹਨੂੰ ਨੋਟਸ ਪ੍ਰੋਵਾਈਡ ਹੋ ਜਾਣ। ਅਤੇ ਬਾਕੀ ਇਹਦੇ ਵਿੱਚ ਦੋ ਮੇਨ ਅਲੱਗ ਅਲੱਗ ਤਰ੍ਹਾਂ ਦੇ ਟੋਪਿਕ ਸੀ, ਇੱਕ ਐਨਰਜੀ ਮੀਟਰ ਸੀਗਾ ਆਪਾਂ ਸਟੱਡੀ ਕੀਤਾ, ਅਤੇ ਇੱਕ ਆਪਣਾ ਮੈਕਸੀਮਮ ਡਿਮਾਂਡ ਇੰਡੀਕੇਟਰ। ਸੋ ਹੋਪ ਸੋ ਦੋਨਾਂ ਤੁਹਾਨੂੰ ਸਮਝ ਲੱਗ ਗਏ ਹੋਣਗੇ। ਬਾਕੀ ਐਨਰਜੀ ਮੀਟਰ ਜਿਹੜਾ ਇਹ ਥੋੜ੍ਹਾ ਜਿਹਾ ਇੰਪੋਰਟੈਂਟ ਆ,
एनर्जी मीटर ਜਿਹੜਾ ਇੰਪੋਰਟੈਂਟ ਹੈ ਅੱਗੇ ਵੀ ਬਿਕੋਜ਼ ਇਸ ਟੌਪਿਕ ਦੇ ਨਾਲ ਰਿਲੇਟਡ ਹੈ ਨਾ ਆਪਾਂ ਟੌਪਿਕ ਸਟੱਡੀ ਕਰਨੇ ਆ ਜਦੋਂ ਆਪਾਂ ਪਾਵਰ 2 ਸਟੱਡੀ ਕਰਨਾ ਨਾ ਉਹਦੇ ਵਿੱਚ ਵੀ ਇੰਡਕਸ਼ਨ ਟਾਈਪ ਜਿਹੜੀਆਂ ਓਵਰ ਕਰੰਟ ਰਿਲੇਜ਼ ਵਗੈਰਾ ਆਉਂਦੀਆਂ ਸੋ ਉਹਨਾਂ ਦੀ ਜਿਹੜੀ ਕੰਸਟਰਕਸ਼ਨ ਹੁੰਦੀ ਨਾ ਉਹ ਆਲਮੋਸਟ ਇਦਾਂ ਦੀ ਹੀ ਹੁੰਦੀ ਹੈ ਇਸ ਕਰਕੇ ਇਹ ਥੋੜਾ ਜਿਹਾ ਕੰਪਲਿਕੇਟਡ ਲੱਗੂਗਾ ਤੁਹਾਨੂੰ ਬਟ ਹੈ ਸਿੰਪਲ ਆ ਦੇਖਣ ਤੇ ਕੰਪਲਿਕੇਟਡ ਸ਼ਾਇਦ ਲੱਗੇ ਬਟ ਜੇ ਤੁਹਾਨੂੰ ਬੇਸਿਕ ਪ੍ਰਿੰਸੀਪਲ ਪਤਾ ਨਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਲਾਜ਼ ਪਤਾ ਤੁਹਾਡੇ ਲਈ ਤਾਂ ਇਹ ਬਹੁਤ ਈਜ਼ੀ ਚੀਜ਼ ਆ ਬਾਕੀ ਇਸ ਤੋਂ ਇਲਾਵਾ ਜਿਹੜੇ ਆਪਣੇ ਮੈਕਸੀਮਮ ਡਿਮਾਂਡ ਇੰਡੀਕੇਟਰ ਅੱਜ ਕੱਲ੍ਹ ਤਾਂ ਚਲੋ ਇਹ ਨਹੀਂ ਯੂਜ਼ ਕਰਦੇ ਆਪਣੇ ਇੰਨੇ ਜ਼ਿਆਦਾ ਤੁਸੀਂ ਕਿਤੇ ਦੇਖੇ ਵੀ ਨਹੀਂ ਹੋਣਗੇ ਇਹ ਬਟ ਇਹ ਬੇਸਿਕ ਜਿਹੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਇਹ ਜਿਹੜੀਆਂ ਤੁਹਾਨੂੰ ਸਟੱਡੀ ਫਿਰ ਵੀ ਬੇਸਿਕ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦੀ ਨੌਲੇਜ ਹੋਣੀ ਚਾਹੀਦੀ ਵੀ ਕੀ ਚੀਜ਼ ਹੁੰਦੀ ਇਸ ਕਰਕੇ ਆਪਾਂ ਕੀ ਆ ਇਹਨਾਂ ਦਾ ਵੀ ਓਵਰਵਿਊ ਲਾਇਆ ਕਿ ਜਿਹੜੇ ਮੈਕਸੀਮਮ ਡਿਮਾਂਡ ਇੰਡੀਕੇਟਰ ਹੁੰਦੇ ਆ ਕੀ ਚੀਜ਼ ਹੁੰਦੇ ਆ ਜਾਂ ਕਿੱਦਾਂ ਕਿਹੜੇ ਕਿਹੜੇ ਤਰ੍ਹਾਂ ਦੇ ਪਹਿਲਾਂ ਆਪਾਂ ਯੂਜ਼ ਕਰਦੇ ਸੀ ਅਤੇ ਕਿੱਦਾਂ ਇਹਨਾਂ ਦੀ ਵਰਕਿੰਗ ਹੁੰਦੀ ਸੀ ਸਿੰਪਲੀ ਵਰਕਿੰਗ ਆ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਦੀ ਤਾਂ ਬਹੁਤ ਹੀ ਸਿੰਪਲ ਆ ਕਿ ਆਪਣੀ ਏਅਰ ਜਿਹੜੀ ਐਕਸਪੈਂਡ ਹੁੰਦੀ ਹੈ ਅਤੇ ਐਸਿਡ ਜਿਹੜਾ ਹੁੰਦਾ ਉਹ ਇੰਡੈਕਸ ਟਿਊਬ ਦੇ ਵਿੱਚ ਚੱਲ ਜਾਂਦਾ ਅਤੇ ਇੰਡੈਕਸ ਟਿਊਬ ਦੇ ਨਾਲ ਸਕੇਲ ਲੱਗਾ ਅਤੇ ਉੱਥੋਂ ਆਪਾਂ ਆਈਡੀਆ ਲਗਾ ਲੈਂਦੇ ਵੀ ਕਿੰਨਾ ਆਪਣੇ ਕੋਲ ਜਿਹੜੀ ਆ ਮੈਕਸੀਮਮ ਡਿਮਾਂਡ ਆ ਬਹੁਤ ਐਕੂਰੇਟ ਨਹੀਂ ਹੁੰਦੇ ਇਹ ਇੰਸਟਰੂਮੈਂਟ ਕੈਲੀਬਰੇਟ ਕਰਨਾ ਵੀ ਮੁਸ਼ਕਿਲ ਹੁੰਦਾ ਐਰਰ ਦੇ ਚਾਂਸਿਸ ਵੀ ਜ਼ਿਆਦਾ ਹੁੰਦੇ ਇਹਦੇ ਵਿੱਚ ਸੋ ਮਰਜ਼ ਪ੍ਰਾਈਜ਼ ਡਿਮਾਂਡ ਬਣਾਇਆ ਸੀਗਾ ਆਪਾਂ ਮਰਜ਼ ਪ੍ਰਾਈਜ਼ ਡਿਮਾਂਡ ਜਿਹੜਾ ਆ ਇਹਦੇ ਵਿੱਚ ਵੀ ਜਿਹੜਾ ਮਕੈਨੀਕਲ ਪਾਰਟ ਜ਼ਿਆਦਾ ਹੋਣ ਕਰਕੇ ਇਹਦੀ ਜਿਹੜੀ ਕੋਸਟ ਹੁੰਦੀ ਸੀ ਉਹ ਜ਼ਿਆਦਾ ਹੁੰਦੀ ਸੀ ਬਟ ਇਹ ਜਿਹੜੇ ਆ ਮਰਜ਼ ਪ੍ਰਾਈਜ਼ ਜਿਹੜੇ ਹੁੰਦੇ ਸੀ ਉਹ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਨਾਲੋਂ ਥੋੜ੍ਹੇ ਜਿਹੇ ਐਕੂਰੇਟ ਜੇ ਆਪਾਂ ਕਹੀਏ ਤਾਂ ਵਧੀਆ ਹੋਊਗਾ ਐਕੂਰੇਟ ਹੀ ਹੁੰਦੇ ਸੀਗੇ ਐਜ਼ ਕੰਪੇਅਰ ਟੂ ਰਾਈਟ ਮੈਕਸੀਮਮ ਡਿਮਾਂਡ ਇੰਡੀਕੇਟਰ ਐਡਵਾਂਟੇਜ ਦੇ ਵਿੱਚ ਵੀ ਆ ਦੇਖੋ ਮੈਂਸ਼ਨ ਕੀਤਾ ਇਟ ਇਜ਼ ਮੋਰ ਐਕੂਰੇਟ ਕਿਹਦੇ ਕੰਪੈਰੀਜ਼ਨ 'ਚ ਰਾਈਟ ਡਿਮਾਂਡ ਇੰਡੀਕੇਟਰ ਦੇ ਕੰਪੈਰੀਜ਼ਨ 'ਚ ਜ਼ਿਆਦਾ ਐਕੂਰੇਟ ਹੁੰਦੇ ਆ ਮਰਜ਼ ਪ੍ਰਾਈਜ਼ ਇੰਡੀਕੇਟਰ ਜਿਹੜੇ ਹੁੰਦੇ ਆ ਬਾਕੀ ਐਕਸਪੈਂਸਿਵ ਹੁੰਦੇ ਆ ਮਕੈਨੀਕਲ ਪਾਰਟ ਜ਼ਿਆਦਾ ਕਰਕੇ ਅਤੇ ਓਵਰਵਿਊ ਇਹਦਾ ਵੀ ਆਪਾਂ ਲੈ ਲੈਂਦੇ ਅਤੇ ਲਾਸਟ ਦੇ ਵਿੱਚ ਆਪਾਂ ਜਿਹੜਾ ਟੌਪਿਕ ਕੀਤਾ ਡਿਫਰੈਂਸ ਵਾਟਰ ਮੀਟਰ એનર્ਜੀ ਮੀਟਰ ਇਹ ਜਿਹੜੇ ਹੁੰਦੇ ਆ ਇਹ ਕਈ ਵਾਰ ਪੈਟ ਕੁਐਸਚਨਸ ਹੀ ਆ ਜਾਂਦੇ ਆ 5 ਨੰਬਰ ਦੇ ਵਿੱਚ ਕਿ ਵਾਟਰ ਮੀਟਰ ਅਤੇ એનર્ਜੀ ਮੀਟਰ ਦਾ ਡਿਫਰੈਂਸ ਦੱਸੋ ਉਹ ਸਿੰਪਲ ਚੀਜ਼ ਆ ਜੇ ਤੁਹਾਨੂੰ ਵਾਟਰ ਮੀਟਰ ਦੇ ਬਾਰੇ ਚੰਗੀ ਤਰ੍ਹਾਂ ਪੜ੍ਹਿਆ ਆਪਾਂ ਡਾਇਨਮੋਮੀਟਰ ਟਾਈਪ ਵਾਟਰ ਮੀਟਰ ਪੜ੍ਹਿਆ ਠੀਕ ਆ ਆਪਾਂ ਇੰਡਕਸ਼ਨ ਟਾਈਪ ਵਾਟਰ ਮੀਟਰ ਵੀ ਪੜ੍ਹਿਆ ਆ ਸੋ ਤੁਹਾਨੂੰ ਇਹਦੇ ਬਾਰੇ ਜਿਹੜਾ ਦੋਨਾਂ ਬਾਰੇ ਜਿਹੜਾ ਬੇਸਿਕ ਪਤਾ ਹੋਣਾ ਚਾਹੀਦਾ ਸਾਰਾ ਵੀ ਇਹ ਕਿੱਦਾਂ ਵਰਕ ਕਰਦੇ ਆ ਜੇ ਤੁਹਾਨੂੰ ਇਹ ਪਤਾ ਵੀ ਕਿੱਦਾਂ ਵਰਕ ਕਰਦੇ ਆ ਤੁਸੀਂ ਆਰਾਮ ਨਾਲ ਜਿਹੜੇ ਇਹਦੇ 5-7 ਡਿਫਰੈਂਸ ਤਾਂ ਬਹੁਤ ਆਰਾਮ ਨਾਲ ਲਿਖ ਸਕਦੇ ਹੋ ਬਾਕੀ ਆਪਾਂ ਨੈਕਸਟ ਹੁਣ ਆਪਾਂ ਜਿਹੜੇ ਆ ਕੁਛ ਮਿਸਲੇਨੀਅਸ ਐਲੀ ਹੁੰਦੇ ਆ ਆਪਣੇ ਇੰਸਟਰੂਮੈਂਟਸ ਹੁੰਦੇ ਆ ਜਿੱਦਾਂ ਮੈਗਰ ਹੋ ਗਿਆ ਜਾਂ ਫਿਰ ਆਪਣਾ ਮਲਟੀਮੀਟਰ ਹੋ ਗਿਆ ਉਹ ਸਾਰੇ ਜਿਹੜੇ ਆਪਾਂ ਨੈਕਸਟ ਚੈਪਟਰ ਦੇ ਵਿੱਚ ਸਟੱਡੀ ਕਰਨੇ ਆ ਸੋ ਅੱਜ ਦਾ ਚੈਪਟਰ ਜਿਹੜਾ ਸੀਗਾ ਆਪਣਾ એનર્ਜੀ ਮੀਟਰ ਚੈਪਟਰ ਦੇ ਟੌਪਿਕ ਇਹ ਕੰਪਲੀਟ ਹੋ ਚੁੱਕੇ ਆ ਸੋ ਨੋਟਸ ਇਹਦੇ ਤੁਸੀਂ ਆਪਣੇ ਨੋਟ ਕਰ ਲਿਓ ਜੇ ਕੋਈ ਵੀ ਕੁਸ਼ਚਨ ਜਾਂ ਡਾਊਟ ਹੋਇਆ ਮੈਨੂੰ ਮੈਸੇਜ ਕਰ ਦਿਓ ਉਹ ਆਪਾਂ ਕਲੀਅਰ ਕਰ ਦੇਵਾਂਗੇ ਤੁਹਾਡੇ ਜੇ ਫਿਰ ਵੀ ਨਾ ਕਲੀਅਰ ਹੋਵੇ ਤਾਂ ਤੁਸੀਂ ਕਿਸ ਦਿਨ ਟਾਈਮ ਕੱਢ ਕੇ ਕਾਲਜ ਆ ਜਾਇਓ ਕਾਲਜ ਵੀ ਤੁਹਾਨੂੰ ਕਲੀਅਰ ਕਰ ਦੇਵਾਂਗੇ ਓਕੇ ਥੈਂਕ ਯੂ